ਆਲ ਆਫ ਯੂ ਕਿ ਤੁਸੀਂ ਇੱਕ ਸ਼ੋਰਟ ਨੋਟਿਸ 'ਤੇ ਸਾਰੇ ਇੱਥੇ ਇਕੱਠੇ ਹੋਏ ਹੋ। ਵੀ ਆਰ ਰੀਅਲੀ ਗ੍ਰੇਟਫੁਲ ਟੂ ਆਲ ਆਫ ਯੂ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਦੈਟ ਇਜ਼ ਇਨ ਰਿਲੇਸ਼ਨ ਟੂ ਦ ਡੀ ਐਸ ਪੀ ਆਫ ਗੋਬਿੰਦ ਕੇਸ ਆਫ ਡੀ ਐਸ ਪੀ ਗੋਬਿੰਦਰ ਮਹਾਜਨ ਜੀ। ਹੁਣ ਤੁਸੀਂ ਸਾਰੇ ਬੀਂਗ ਪ੍ਰੈਸ ਮੀਡੀਆ ਮੈਂਬਰਸ ਪਿਛਲੇ ਕਾਫੀ ਦਿਨ ਤੋਂ ਇਹਦੀ ਕਵਰੇਜ ਕਰ ਰਹੇ ਹੋ, ਡੀ ਐਸ ਪੀ ਗੋਬਿੰਦਰ ਮਹਾਜਨ ਦੇ ਕੇਸ ਦੀ ਜਿਹੜੀ ਐਫ ਆਈ ਆਰ ਉਹਨਾਂ ਦੇ ਖਿਲਾਫ ਰਜਿਸਟਰਡ ਹੋਈ ਹੈ। ਐਂਡ ਆਈ ਐਮ ਸ਼ੋਰ ਕਿ ਤੁਸੀਂ ਸਾਰੇ ਹੀ ਉਸ ਐਫ ਆਈ ਆਰ ਨੂੰ ਅੱਛੀ ਤਰ੍ਹਾਂ ਕੰਟੈਂਟਸ ਪੜ੍ਹ ਚੁੱਕੇ ਹੋ, ਜਿਹਦੇ ਬੇਸ 'ਤੇ ਇੱਕ ਪੰਜਾਬ ਪੁਲਿਸ ਦਾ ਜਿਹੜਾ ਸੁਪਰ ਕੌਪ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਡੀ ਐਸ ਪੀ ਗੋਬਿੰਦਰ ਮਹਾਜਨ, ਉਹਨਾਂ ਨੂੰ ਅੱਜ ਇੱਕ ਵਿਲਨ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਔਰ ਅਸੀਂ ਸਾਰੇ ਉਸ ਐਫ ਆਈ ਆਰ ਨੂੰ ਪੜ੍ਹ ਕੇ ਕਿਤੇ ਨਾ ਕਿਤੇ ਇਹ ਸੋਚਣ 'ਚ ਮਜਬੂਰ ਹੋ ਰਹੇ ਹਾਂ ਕਿ ਇੱਕ ਉਹ ਡੀ ਐਸ ਪੀ ਜਿਹੜਾ ਪੰਜਾਬ ਪੁਲਿਸ ਦਾ ਇੱਕ ਸੁਪਰ ਕੌਪ ਕਿਹਾ ਜਾਂਦਾ ਸੀ, ਅੱਜ ਕੀ ਐਸੇ ਰੀਜ਼ਨ ਨੇ ਕਿ ਇੱਕ ਉਹ ਵਿਲਨ ਤਰ੍ਹਾਂ ਪ੍ਰੋਜੈਕਟ ਕੀਤਾ ਜਾ ਰਿਹਾ। ਔਰ ਸਾਰੇ ਇਸ ਗੱਲ ਨੂੰ ਸੋਚਦੇ ਹੋਵੋਗੇ ਕਿ ਉਹਨਾਂ ਦੇ ਘਰੋਂ ਸ਼ਾਇਦ ਪਤਾ ਨਹੀਂ ਕਿਹੜੀ ਕਿਹੜੀ ਚੀਜ਼ ਦੀ ਰਿਕਵਰੀ ਹੋਈ ਹੈ। ਮੈਂ ਕੁਝ ਪ੍ਰੈਸ ਮੀਡੀਆ 'ਚ ਨਿਊਜ਼ ਪੜ੍ਹੀਆਂ ਸੀ ਜਿਹਦੇ 'ਚ ਇਹ ਗੱਲ ਕਹੀ ਜਾ ਰਹੀ ਸੀ ਕਿ ਜਿਸ ਦਿਨ ਫਸਟ ਡੇ ਪੁਲਿਸ ਡੀ ਐਸ ਪੀ ਗੋਬਿੰਦਰ ਮਹਾਜਨ ਦੇ ਘਰ ਗਈ ਸੀ, ਉਸ ਵਕਤ ਉਹਨਾਂ ਨੇ ਸ਼ਾਇਦ ਕੋਈ ਕੈਸ਼ ਜਾਂ ਕੋਈ ਨਾਰਕੋਟਿਕ ਦੀ ਰਿਕਵਰੀ ਕੀਤੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਚੀਜ਼ ਬੜੀ ਕਲੀਅਰ ਕਰਨਾ ਚਾਹੁੰਦਾ, ਇਹ ਮੈਡਮ ਸਾਂਸ਼ਾ ਮਹਾਜਨ ਨੇ, ਇਹ ਡੀ ਐਸ ਪੀ ਗੋਬਿੰਦਰ ਮਹਾਜਨ ਦੇ ਬੇਟੀ ਹੈ। ਜਿਸ ਵਕਤ ਫਸਟ ਟਾਈਮ ਪੁਲਿਸ ਦੀ ਟੀਮ ਇਹਨਾਂ ਦੇ ਘਰ ਗਈ ਸੀ ਉਦੋਂ ਇਹ ਘਰ ਵਿੱਚ ਹਾਜ਼ਰ ਸੀ ਉਸ ਵਕਤ, ਔਰ ਜੋ ਵੀ ਪ੍ਰੋਸੀਡਿੰਗ ਹੋਈ ਸੀ ਇਹਨਾਂ ਦੇ ਸਾਹਮਣੇ ਹੋਈ ਸੀ। ਪਹਿਲੀ ਚੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਡੀ ਐਸ ਪੀ ਗੋਬਿੰਦਰ ਮਹਾਜਨ ਦੇ ਘਰੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਨਕ੍ਰੀਮੀਨੇਟਿੰਗ ਸਬਸਟੈਂਸ, ਕੋਈ ਇਤਰਾਜ਼ਯੋਗ ਚੀਜ਼ ਦੀ ਰਿਕਵਰੀ ਨਹੀਂ ਹੋਈ। ਹੁਣ ਤੁਸੀਂ ਸਾਰੇ ਪ੍ਰੈਸ ਮੀਡੀਆ ਵਾਲੇ ਇਹ ਸੋਚਦੇ ਹੋਵੋਗੇ ਕਿ ਹਰ ਡਿਫੈਂਸ ਵਾਲਾ ਹਰ ਐਕਿਊਜ਼ ਕਹਿੰਦਾ ਕਿ ਮੇਰੇ ਕੋਲੋਂ ਰਿਕਵਰੀ ਨਹੀਂ ਹੋਈ, ਲੇਕਿਨ ਇਹਦਾ ਬੇਸ ਕੀ ਹੈ ਕਹਿਣ ਦਾ ਕਿ ਜਿਸ ਵਕਤ ਗਏ ਉਹਦਾ ਬੇਸ ਕੀ ਹੈ। ਮੈਂ ਪ੍ਰੈਸ ਮੀਡੀਆ ਨੂੰ ਇੱਕ ਡਾਕੂਮੈਂਟ ਦਿਖਾਉਣਾ ਚਾਹੁੰਦਾ, ਜਿਸ ਵਕਤ ਕੋਈ ਸਰਚ ਕੀਤਾ ਜਾਂਦਾ ਘਰ ਉਹਦੀ ਇੱਕ ਸਰਚ ਮੀਮੋ ਬਣਦੀ ਹੈ, ਉਹ ਮੀਮੋ ਦੀ ਕਾਪੀ, ਬਿਕੋਜ਼ ਇਹ ਇੱਕ ਲੋਇਰ ਹੈ ਔਰ ਇਹਨਾਂ ਨੇ ਉਹਦੀ ਮੀਮੋ ਦੀ ਕਾਪੀ ਡਿਮਾਂਡ ਕੀਤੀ ਸੀ ਕਿ ਉਸਦੀ ਮੀਮੋ ਸਾਨੂੰ ਦਿਓ ਕਿ ਸਾਡੇ ਘਰੋਂ ਸਰਚ 'ਤੇ ਕਿਹੜੀ ਕਿਹੜੀ ਚੀਜ਼ ਤੁਸੀਂ ਲੈ ਕੇ ਜਾ ਰਹੇ ਹੋ। ਉਹ ਮੀਮੋ ਮੈਂ ਤੁਹਾਨੂੰ ਦਿਖਾਉਂਦਾ ਜੀ, ਤੁਹਾਨੂੰ ਸਾਰਿਆਂ ਨੂੰ। ਇਹ ਫਰਦ ਜਾਮਾ ਤਲਾਸ਼ੀ ਉਹਨਾਂ ਦੇ ਘਰ ਦੀ ਹੈ ਜਿਹਦੀ ਕਾਪੀ ਸਾਨੂੰ ਸਪਲਾਈ ਕੀਤੀ ਗਈ ਹੈ, ਔਰ ਇਹਦੇ ਵਿੱਚ ਲਿਖਿਆ ਗਿਆ ਹੈ ਕਿ ਉਹਨਾਂ ਦੇ ਘਰ ਤੋਂ ਸਰਚ ਵੇਲੇ ਇੱਕ ਉਹਨਾਂ ਦਾ ਸਰਕਾਰੀ ਪਿਸਟਲ ਜੋ ਸਰਕਾਰ ਵੱਲੋਂ ਉਹਨਾਂ ਨੂੰ ਅਲੋਟ ਹੋਇਆ, ਉਹਦੇ ਸਮੇਤ 10 ਕਾਰਟਜਿਸ ਜਿਹੜੇ ਗੌਰਮੈਂਟ ਵੱਲੋਂ ਉਹਨਾਂ ਨੂੰ ਅਲੋਟ ਕੀਤੇ ਗਏ, ਔਰ ਉਹਦੇ ਨਾਲ ਇੱਕ ਨਕਸ਼ਾ 2 ਪੇਜ ਦਾ, ਇੱਕ ਪ੍ਰੋਪਰਟੀ ਦਾ 2 ਪੇਜ ਦਾ ਨਕਸ਼ਾ ਬਰਾਮਦ ਹੋਇਆ, ਔਰ ਉਸ ਤੋਂ ਇਲਾਵਾ ਕੋਈ ਵੀ ਕਿਸੇ ਕਿਸਮ ਦੀ ਕੋਈ ਰਿਕਵਰੀ ਉਹਨਾਂ ਦੇ ਘਰੋਂ ਨਹੀਂ ਹੋਈ। ਸੋ ਅਸੀਂ ਜੋ ਮੀਡੀਆ 'ਚ ਰੋਜ਼ ਇਹ ਦੇਖ ਰਹੇ ਹਾਂ, ਸੁਣ ਰਹੇ ਹਾਂ ਕਿ ਉਹਨਾਂ ਦੇ ਘਰੋਂ ਕਾਫੀ ਕੈਸ਼ ਮਿਲਿਆ ਜਾਂ ਕੋਈ ਕਿਸੇ ਕਿਸਮ ਦੀ ਇਤਰਾਜ਼ਯੋਗ ਨਾਰਕੋਟਿਕ ਚੀਜ਼ ਮਿਲੀ ਹੈ, ਇਹ ਸਰਚ ਮੀਮੋ ਉਸ ਚੀਜ਼ ਨੂੰ ਝੂਠਾ ਠਹਿਰਾ। ਔਰ ਇਸ ਸਰਚ ਮੀਮੋ 'ਤੇ ਜਿਹੜੇ ਸਿਗਨੇਚਰਸ ਨੇ ਜਿਨ੍ਹਾਂ ਦੇ ਸਾਹਮਣੇ ਕੀਤੀ ਗਈ ਹੈ, ਮਿਸਟਰ ਤਰਸੇਮ ਮਸੀਹ ਡੀ ਐਸ ਪੀ ਉਹਨਾਂ ਦੇ ਸਿਗਨੇਚਰ ਨੇ, ਪਲੱਸ ਆਈ ਓ ਉਹਨਾਂ ਦੇ ਸਿਗਨੇਚਰ ਨੇ, ਇੱਕ ਲੇਡੀ ਐੱਸ ਆਈ ਸੀਗੇ ਮਨਿੰਦਰਜੀਤ ਕੌਰ ਉਹਨਾਂ ਦੇ ਵੀ ਸਿਗਨੇਚਰ ਨੇ। ਇਹ ਮੀਮੋ ਤੁਹਾਡੇ ਸਾਰਿਆਂ ਸਾਹਮਣੇ ਅਸੀਂ ਪੇਸ਼ ਕਰ ਰਹੇ ਹਾਂ ਜਿਹੜਾ ਸ਼ੋਅ ਕਰਦਾ ਕਿ ਉਹਨਾਂ ਦੇ ਘਰੋਂ ਸਿਰਫ ਔਰ ਸਿਰਫ ਉਹਨਾਂ ਦੀ ਸਰਕਾਰੀ ਚੀਜ਼ ਜੋ ਅਲੋਟ ਕੀਤੀ ਸੀ ਉਹ ਪੁਲਿਸ ਨੇ ਕਬਜ਼ੇ 'ਚ ਲਈ ਸੀ, ਇਸ ਤੋਂ ਇਲਾਵਾ ਕਿਸੇ ਕਿਸਮ ਦੀ ਵੀ ਕੋਈ
ਨਕਦੀ ਕੈਸ਼ ਜਾਂ ਕੋਈ ਵੀ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਸੀ। ਸਰ ਫਿਰ ਕਾਰਨ ਕੀ ਬਣਦੇ ਅਸੀਂ ਮੈਂ ਕਿ ਤੁਸੀਂ ਕਹਿੰਦੇ ਵੀ ਪੰਜਾਬ ਅਫਸਰ ਨੇ ਸਾਰੇ ਕੰਮ ਉਹਨਾਂ ਨੇ ਕੀਤੇ ਪੰਜਾਬ ਵਾਸਤੇ, ਪਰ ਤੁਹਾਡੇ 'ਤੇ ਸੂਈ ਕਿਉਂ ਆ ਗਈ ਸਰਕਾਰ? ਦੇਖੋ ਸਰ, ਤੁਸੀਂ ਇਹ ਦੇਖੋ ਇਸ ਚੀਜ਼ ਦਾ ਤੁਹਾਡੇ ਆਂਸਰ ਨੂੰ ਸੋਚਣ ਵਾਸਤੇ ਤੁਹਾਨੂੰ ਉਸ FIR ਨੂੰ ਅੱਛੀ ਤਰ੍ਹਾਂ ਨਾਲ ਇੱਕ ਵਾਰੀ ਫਿਰ ਦੁਬਾਰਾ ਪੜ੍ਹਨਾ ਪਏਗਾ। ਤੁਸੀਂ ਇਹ ਦੇਖੋ, ਅਸੀਂ ਰੋਜ਼ ਦੇਖ ਰਹੇ ਹਾਂ ਕਿ ਅੱਜ ਸਾਡੀ ਸਟੇਟ ਦੇ ਵਿੱਚ ਕਿਸੇ ਨਾ ਕਿਸੇ ਕਿਸਮ ਦੀ ਨਾਰਕੋਟਿਕ ਦੀ ਰਿਕਵਰੀ ਹੁੰਦੀ ਹੈ, ਟੇਬਲੇਟਸ ਦੀ ਰਿਕਵਰੀ ਹੁੰਦੀ ਹੈ। ਉਹ ਰਿਕਵਰੀ ਹੋ ਕੇ ਜਿਸ ਪਰਸਨ ਕੋਲੋਂ ਰਿਕਵਰੀ ਕੀਤੀ ਜਾਂਦੀ ਹੈ, ਅਸੀਂ ਉਹਦੇ ਉੱਪਰ ਕੇਸ ਰਜਿਸਟਰ ਕਰ ਦਿੰਦੇ ਹਾਂ, ਉਸ ਪਰਸਨ ਨੂੰ ਅਸੀਂ ਕੋਰਟ ਪੇਸ਼ ਕਰਦੇ ਹਾਂ, ਉਹਦਾ ਚਲਾਨ ਦੇ ਦਿੰਦੇ ਹਾਂ। ਪਰ ਬੜੇ ਘੱਟ ਪੁਲਿਸ ਆਫਿਸਰਸ ਨੇ ਜਿਹੜੇ ਉਸ ਦੀ ਤਹਿ ਤੱਕ ਜਾਣਾ ਚਾਹੁੰਦੇ ਨੇ ਕਿ ਇਹ ਜਿਹੜਾ ਪਰਸਨ ਟੇਬਲੇਟਸ ਕੋਈ ਨਾਰਕੋਟਿਕ ਲੈ ਕੇ ਆ ਰਿਹਾ ਸੀ, ਇਹ ਕਿੱਥੋਂ ਲੈ ਕੇ ਆ ਰਿਹਾ ਸੀ, ਉਹਦਾ ਓਰੀਜਨ ਕੀ ਹੈ, ਕਿੱਥੋਂ ਬਣਿਆ, ਉਸ ਕੜੀ ਨੂੰ ਜੋੜਨਾ ਚਾਹੁੰਦੇ ਨੇ। DSP ਬਵਿੰਦਰ ਮਹਾਜਨ ਨੇ ਜਦੋਂ ਆਪਣੇ ਕੈਰੀਅਰ ਦੇ ਵਿੱਚ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਕੇਸ ਦੀ ਰਿਕਵਰੀ ਇੱਕ ਐਸਟਰਾ ਫਾਰਮਾ ਕੰਪਨੀ ਹੈ ਜਿਹਦੇ ਬਾਰੇ ਉਹਨਾਂ ਨੂੰ ਨੈਟਵਰਕ ਤੋਂ ਇੰਟੀਮੇਸ਼ਨ ਮਿਲੀ ਸੀ ਕਿ ਉਹ ਇੱਕ ਬਹੁਤ ਵੱਡੇ ਪੱਧਰ 'ਤੇ ਇਹ ਟੇਬਲੇਟਸ ਦੀ ਮੈਨੂਫੈਕਚਰਿੰਗ ਕਰ ਰਹੀ ਹੈ, ਜਿਹੜਾ ਕਿ ਪੂਰੀ ਸਟੇਟ ਵਿੱਚ ਹੀ ਨਹੀਂ ਪੂਰੇ ਕੰਟਰੀ 'ਚ ਸਪਲਾਈ ਹੋ ਰਹੀ ਹੈ। ਉਸ ਚੀਜ਼ ਨੂੰ ਜਿਹੜਾ ਇੱਕ ਉਹ ਰੈਕਟ ਸੀ, ਉਸ ਚੀਜ਼ ਨੂੰ ਜਦੋਂ ਉਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ, ਉਹ ਮੌਕੇ 'ਤੇ ਗਏ, ਰੇਡ ਕੀਤਾ, ਉਹਨਾਂ ਦੇ ਨਾਲ ਸਾਡਾ ਡਰੱਗ ਇੰਸਪੈਕਟਰ ਵੀ ਨਾਲ ਹੁੰਦੇ ਨੇ, ਇਕੱਲੇ ਇੱਕ ਪੁਲਿਸ ਵਾਲੇ ਦਾ ਕੰਮ ਨਹੀਂ ਹੁੰਦਾ। ਬਿਕੋਜ਼ ਜਦੋਂ ਅਸੀਂ ਡਰੱਗਸ ਕੋਈ ਰਿਕਵਰ ਕਰਨੀ ਹੈ, ਮੈਨੂਫੈਕਚਰ ਡਰੱਗਸ, ਡਰੱਗ ਇੰਸਪੈਕਟਰ ਨਾਲ ਹੁੰਦੇ ਨੇ। ਇਹ ਸਾਰੇ ਜਦੋਂ ਉੱਥੋਂ ਗਏ, 1,98,00,000 ਦੇ ਕਰੀਬ ਟੇਬਲੇਟਸ ਦੀ ਰਿਕਵਰੀ ਹੋਈ, ਉਸ ਤੋਂ ਇਲਾਵਾ ਕਿਲੋਆਂ ਦੇ ਹਿਸਾਬ ਨਾਲ ਨਾਰਕੋਟਿਕ ਪਾਊਡਰ ਦੀ ਰਿਕਵਰੀ ਹੋਈ। ਉਹ ਰਿਕਵਰੀ ਹੋਣ ਤੋਂ ਬਾਅਦ, ਕਿਉਂਕਿ DSP ਬਵਿੰਦਰ ਮਹਾਜਨ ਇਸ ਕੇਸ ਦੀ ਤਹਿ ਤੱਕ ਜਾਣਾ ਚਾਹੁੰਦੇ ਸੀ ਕਿ ਇਸ ਦੇ ਵਿੱਚ ਕੌਣ ਕੌਣ ਇਨਵੋਲਵ ਨੇ। ਹੁਣ ਤੁਸੀਂ ਸਾਰੇ ਸਮਝਦਾਰ ਹੋ ਕਿ ਜਿਹੜੀ ਐਡੀ ਐਡੀ ਵੱਡੀ ਕੰਪਨੀਜ਼ ਜਿਹੜੇ ਇੰਨੇ ਲਾਰਜ ਲੈਵਲ 'ਤੇ ਮੈਨੂਫੈਕਚਰਿੰਗ ਕਰ ਰਹੀਆਂ ਹਨ, ਜਦੋਂ ਕੋਈ ਆਫਿਸਰ ਉਸ ਲੈਵਲ 'ਤੇ ਜਾ ਕੇ ਉਹ ਰੀਅਲ ਕਲਪ੍ਰਿਟਸ ਨੂੰ ਪਕੜਨਾ ਚਾਹੁੰਦਾ ਹੈ ਜਿਹੜੇ ਪੂਰੀ ਸਟੇਟ ਔਰ ਪੂਰੇ ਕੰਟਰੀ 'ਚ ਸਪਲਾਈ ਕਰਦੇ ਨੇ, ਉਹ ਚੇਨ ਨੂੰ ਤੋੜਨਾ ਚਾਹੁੰਦਾ, ਤਾਂ ਉਹ ਬੰਦੇ ਕਿੰਨੇ ਕੁ ਪਾਵਰਫੁੱਲ ਹੋਣਗੇ ਜਿਹੜੇ ਇਹ ਰੈਕਟ ਇੰਨੇ ਸਾਲਾਂ ਤੋਂ ਚਲਾ ਰਹੇ। ਬਹੁਤ ਘੱਟ ਪੁਲਿਸ ਆਫਿਸਰਸ ਹੁੰਦੇ ਨੇ ਜਿਹੜੇ ਇਹੋ ਜਿਹੇ ਰੈਕਟਸ ਨੂੰ ਉਹਦੀ ਜੜ੍ਹ ਤੱਕ ਜਾ ਕੇ ਮੁਕਾਉਂਦੇ ਨੇ। ਹੁਣ ਇੰਟਰਸਟਿੰਗ ਚੀਜ਼ ਹੈ ਕਿ ਜਿਹੜਾ ਇਹ ਮੁਕੱਦਮਾ DSP ਬਵਿੰਦਰ ਮਹਾਜਨ ਦੇ ਅਗੇਂਸਟ ਰਜਿਸਟਰ ਹੋਇਆ, ਇਹ ਦੋ ਪਰਸਨਸ ਦੇ ਕ੍ਰਾਈਮ ਸਟੇਟਮੈਂਟਸ 'ਤੇ ਰਿਕਾਰਡ ਹੋਇਆ। ਇੱਕ ਹੈ ਇੰਸਪੈਕਟਰ ਸੁਖਦੀਪ ਸਿੰਘ, ਦੂਸਰੇ ਹੈ ਇੰਸਪੈਕਟਰ ਸ਼ੇਸ਼ਨ। ਦੋਨ ਇਹਨਾਂ ਵਿੱਚੋਂ ਇੰਸਪੈਕਟਰ ਸੁਖਦੀਪ ਸਿੰਘ ਉਸ ਰੇਡ ਵਿੱਚ ਨਾਲ ਐਜ਼ ਐਨ ਇੰਸਪੈਕਟਰ ਸ਼ਾਮਿਲ ਸਨ, ਔਰ ਜਿਹੜੇ ਸ਼ੇਸ਼ਨ ਮਿੱਤਲ ਹੈ ਜਿਹੜੇ ਦੂਸਰੇ ਨੇ, ਉਹ ਉਹਨਾਂ ਦਾ ਪਹਿਲੇ ਤੋਂ ਹੀ ਉਹ ਇਹੋ ਜਿਹੇ ਕੇਸਿਸ ਵਿੱਚ ਇਨਵੋਲਵ ਸੀ। ਹੁਣ ਅਸੀਂ ਜਦੋਂ ਸਾਰੀ ਇਹ ਕੇਸ ਦੀ ਰਿਕਵਰੀ ਕੀਤੀ, ਅਸੀਂ ਸਾਰੀ ਉਹ ਕੇਸ ਦੀ ਰਿਕਵਰੀ ਕਰਕੇ ਇੱਕ ਇੱਕ ਲਾਈਨ, ਇੱਕ ਇੱਕ ਡਾਕੂਮੈਂਟ ਰਿਟਰਨ 'ਚ ਲਿਆਂਦਾ, ਕਿਹੜੇ ਕਿਹੜੇ ਡਾਕੂਮੈਂਟਸ ਅਸੀਂ ਸਰਕਾਰ ਨੂੰ ਦਿੱਤੇ, ਉਹਦੀ ਪੂਰੀ ਫਾਈਲ ਤਿਆਰ ਕਰਕੇ ਅਸੀਂ ਦਿੱਤੀ, ਔਰ ਉਹਦੀ ਇਨਵੈਸਟੀਗੇਸ਼ਨ ਹਾਲੇ ਤੱਕ ਚੱਲ ਰਹੀ ਹੈ। DSP ਬਵਿੰਦਰ ਮਹਾਜਨ ਨੂੰ ਇਸ ਕੇਸ ਦੀ ਇਨਵੈਸਟੀਗੇਸ਼ਨ ਤੋਂ ਹਟਾਉਣ ਵਾਸਤੇ, ਤਾਂ ਕਿ ਜੋ ਰੀਅਲ ਕਲਪ੍ਰਿਟਸ ਹੈਗੇ ਨੇ ਉਹ ਪਿਕਚਰ 'ਚ ਨਾ ਆ ਸਕਣ ਔਰ ਉਹਨਾਂ ਨੂੰ ਬੈਨੀਫਿਟ ਮਿਲਿਆ ਜਾ ਸਕੇ, ਉਹਨਾਂ ਨੂੰ ਬਲੀ ਦਾ ਬੱਕਰਾ ਬਣਾ ਕੇ। ਕਿਹੜਾ ਸਮਾਂ ਸੀ ਜਦੋਂ ਇਹ ਰੇਡ ਕੀਤੀ ਗਈ ਸੀ, ਜਦੋਂ 1,98,00,000 ਗੋਲੀਆਂ ਪੜੀਆਂ?
ਇਟ ਵਾਜ ਇਨ ਮਾਰਚ ਅਪ੍ਰੈਲ 2024 ਉਸੇ ਵੇਲੇ ਆਪਾਂ ਐਫ ਆਈ ਆਰ ਪਹੁੰਚਾ ਦਿੱਤਾ ਸੀ ਸਾਰਾ ਕੁਛ ਉਹਦੀ ਐਫ ਆਈ ਆਰ ਰਜਿਸਟਰ ਕਰ ਦਿੱਤੀ ਗਈ ਸੀ ਉਹਦੀ ਐਫ ਆਈ ਆਰ ਰਜਿਸਟਰ ਕਰਕੇ ਉਸ ਐਫ ਆਈ ਆਰ ਦਾ ਜਿਹੜਾ ਮੁਕੱਦਮਾ ਨੰਬਰ ਉਹ ਹੈ ਜੀ 31 ਡੇਟਿਡ ਹੈ 20/2/2024 ਜਿਸ ਦਿਨ ਰੇਡ ਕੀਤੀ ਗਈ ਸੀ ਔਰ ਇਸ ਬਾਰੇ ਸਪੈਸ਼ਲ ਟਾਸਕ ਫੋਰਸ ਵੱਲੋਂ ਐਫ ਆਈ ਆਰ ਵੀ ਰਜਿਸਟਰ ਕੀਤੀ ਗਈ ਸੀ ਸਰ ਉਹ ਫਰਾਰ ਹੋਏ ਸੀ ਸਰ ਦੇਖੋ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਕੋਈ ਪਰਸਨ ਫਰਾਰ ਹੋ ਗਿਆ ਉਹਦਾ ਮਤਲਬ ਇਹ ਹੁੰਦਾ ਕਿ ਉਹ ਮੌਕੇ 'ਤੇ ਨਹੀਂ ਮਿਲਿਆ ਜਦੋਂ ਕੋਈ ਮੌਕੇ 'ਤੇ ਨਹੀਂ ਮਿਲਦਾ ਅਸੀਂ ਉਹਨੂੰ ਫਰਾਰ ਕਹਿ ਦਿੰਦੇ ਹਾਂ ਪਹਿਲਾ ਜਵਾਬ ਇਹਦਾ ਇਹ ਹੈ ਕਿ DSP ਬਵਿੰਦਰ ਮਹਾਜਨ ਆਪਣੇ ਰੂਟੀਨ ਦੇ ਤਰ੍ਹਾਂ ਰੋਜ਼ ਸਵੇਰੇ 6 ਵਜੇ ਆਪਣੇ ਮੋਰਨਿੰਗ ਵਾਕ 'ਤੇ ਚਲੇ ਜਾਂਦੇ ਸੀ ਰੋਜ਼ ਉਹ ਪਹਿਲਾ ਦਿਨ ਨਹੀਂ ਸੀ ਜਦੋਂ ਕਿ ਉਹ ਘਰੋਂ 6 ਵਜੇ ਗਏ ਸੀ ਉਹ ਰੂਟੀਨ 'ਚ ਰੋਜ਼ ਹੀ ਜਾਂਦੇ ਸੀ ਇਸ ਗੱਲ ਦੀ ਵੈਰੀਫਿਕੇਸ਼ਨ ਤੁਸੀਂ CCTV ਕੈਮਰਾਸ ਤੋਂ ਕਰ ਸਕਦੇ ਉਸ ਦਿਨ ਵੀ ਉਹ ਸਵੇਰੇ ਆਪਣੀ ਗੱਡੀ ਲੈ ਕੇ ਆਪਣੇ ਵਾਕ 'ਤੇ ਗਏ ਸੀ ਜਦੋਂ ਕਿ ਉਹਨਾਂ ਦੀ ਐਬਸੈਂਸ ਵਿੱਚ ਪੁਲਿਸ ਵਾਲੇ ਉਹਨਾਂ ਦੇ ਘਰ ਆਏ ਉਸ ਵਕਤ ਉਹਨਾਂ ਦੀ ਬੇਟੀ ਘਰ ਵਿੱਚ ਮੌਜੂਦ ਸੀ ਔਰ ਇਹਨਾਂ ਦੀ ਮੌਜੂਦਗੀ ਵਿੱਚ ਸਾਰਾ ਸਰਚ ਕੀਤਾ ਗਿਆ ਹੁਣ ਤੁਸੀਂ ਸਾਰੇ ਮੀਡੀਆ ਪਰਸਨਸ ਹੋ ਜਦੋਂ ਇੱਕ ਪਰਸਨ ਦੇ ਖਿਲਾਫ FIR ਰਜਿਸਟਰਡ ਹੋ ਜਾਂਦੀ ਹੈ ਔਰ ਪੁਲਿਸ ਵਾਲੇ ਉਹਨੂੰ ਸੁਣਵਾਈ ਦਾ ਮੌਕਾ ਦਿੱਤੇ ਬਿਨਾਂ ਉਹਨੂੰ ਅਰੈਸਟ ਕਰਨਾ ਚਾਹੁੰਦੇ ਹੈ ਉਹਨੂੰ ਅਰੈਸਟ ਕਰਨ ਵਾਸਤੇ ਟੀਮ ਆਉਂਦੀ ਹੈ ਅਤੇ ਕੋਈ ਵੀ ਪਰਸਨ ਇਸ ਦੁਨੀਆ ਦਾ ਹੋਵੇ ਚਾਹੇ ਉਹ DSP ਬਵਿੰਦਰ ਮਹਾਜਨ ਹੋਵੇ ਚਾਹੇ ਮੈਂ ਹੋਵਾਂ ਜਾਂ ਤੁਸੀਂ ਹੋਵੋ ਕੋਈ ਵੀ ਹੋਵੋ ਹਰ ਪਰਸਨ ਕਹਿੰਦਾ ਮੈਂ ਆਪਣੀ ਡਿਫੈਂਸ ਨੂੰ ਜੋ ਮੇਰੀ ਡਿਫੈਂਸ ਹੈ ਮੈਂ ਉਹਨੂੰ ਅਵੇਲ ਕਰਾਂਗਾ DSP ਬਵਿੰਦਰ ਮਹਾਜਨ ਕਿਤੇ ਫਰਾਰ ਨਹੀਂ ਹਨ ਉਹ ਆਪਣੀ ਲੀਗਲ ਰੈਮਡੀ ਜੋ ਉਹਨਾਂ ਨੂੰ ਅਵੇਲੇਬਲ ਹੈ ਉਹ ਪੂਰੀ ਦੀ ਪੂਰੀ ਅਸੀਂ ਉਹਨੂੰ ਅਵੇਲ ਕਰ ਰਹੇ ਹਾਂ ਔਰ ਐਸਾ ਕੁਛ ਨਹੀਂ ਹੈ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਇਹ ਕੇਸਿਸ ਜਿਹੜੇ ਰਜਿਸਟਰ ਹੋਏ ਨੇ ਇਹ ਛੋਟੇ ਮੋਟੇ ਕੇਸ ਨਹੀਂ ਹੈ ਅੱਜ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਜਿਹੜੀ ਐਸਟਰਾ ਫਾਰਮਾ ਕੰਪਨੀ ਜਿਹੜੀ ਟੇਬਲੇਟਸ ਰਿਕਵਰ ਕੀਤੀਆਂ ਗਈਆਂ ਸੀ 1,98,00,000 ਪੰਜਾਬ ਸਟੇਟ ਦੇ ਵਿੱਚ ਸੈਂਕੜੋ FIR ਦਰਜ ਹੋਈਆਂ ਨੇ ਛੋਟੀ ਛੋਟੀ ਰਿਕਵਰੀਜ਼ ਦੀਆਂ ਹੁਣ ਜੇ ਕੋਈ ਆਫਿਸਰ ਕਹਿੰਦਾ ਹੈ ਕਿ ਜੇ ਪੰਜਾਬ ਗੌਰਮੈਂਟ ਦੇ ਪੰਜਾਬ ਸਟੇਟ ਦੇ ਵਿੱਚ ਛੋਟੇ ਛੋਟੇ ਮੁਕੱਦਮੇ ਦਰਜ ਹੋ ਰਹੇ ਨੇ ਔਰ ਮੈਂ ਉਸ ਵੱਡੀ ਮਛਲੀਆਂ ਨੂੰ ਪਕੜਨਾ ਜਿਹੜੀਆਂ ਇਹਨੂੰ ਕਰਕੇ ਛੋਟੇ ਬੰਦਿਆਂ ਨੂੰ ਸਪਲਾਈ ਕਰਦੀਆਂ ਇਸਦਾ ਤਾਂ ਇਨਾਮ ਮਿਲਣਾ ਚਾਹੀਦਾ ਸੀ ਕਿ ਡਿਪਾਰਟਮੈਂਟ ਸਾਰਾ ਉਹਨਾਂ ਦੇ ਖਿਲਾਫ਼ ਕਿਸ ਤਰ੍ਹਾਂ ਹੋ ਗਿਆ ਸਰ ਇਹ ਕਾਰਨ ਕੀ ਹੈ ਸਰ ਮੈਂ ਦੱਸਦਾ ਜੀ ਇਹਨਾਂ ਦਾ ਬਾਜ਼ ਅਫਸਰ ਹੋਵੇ ਸਾਰਾ ਡਿਪਾਰਟਮੈਂਟ ਖਿਲਾਫ਼ ਹੋ ਗਿਆ ਸਰ ਤੁਹਾਡੀ ਪ੍ਰੈਸ ਕਾਨਫਰੰਸ ਸੱਦਣ ਦਾ ਮੇਨ ਮਕਸਦ ਇਹ ਹੈ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਕਿਸੇ ਨੇ ਸਾਡੇ ਨਾਲ ਇਹ ਬਹੁਤ ਜ਼ਿਆਦਾ ਜ਼ਿਆਦਤੀ ਕਰ ਦਿੱਤੀ ਹੈ ਲੇਕਿਨ ਇਨਵੈਸਟੀਗੇਸ਼ਨ ਪ੍ਰੋਪਰ ਨਹੀਂ ਕੀਤੀ ਜਾ ਰਹੀ ਲਓ ਸਰ ਦੋ ਟਰੱਕ ਇੰਸਪੈਕਟਰ ਨੇ ਜੀ ਇੱਕ ਹੈ ਮਿਸਟਰ ਸੁਖਦੀਪ ਸਿੰਘ ਇੱਕ ਹੈ ਜੀ ਮਿਸਟਰ ਸ਼ੇਸ਼ਨ ਮਿੱਤਲ ਡਰੱਗ ਇੰਸਪੈਕਟਰ ਸੁਖਦੀਪ ਸਿੰਘ ਮੈਂ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਚੀਜ਼ ਪ੍ਰੈਸ ਨੂੰ ਦੱਸਣ ਲੱਗਾ ਜਿਹੜੀ ਹੈਗੀ ਐਜ਼ ਏ ਮੈਟਰ ਆਫ ਡਿਫੈਂਸ ਹੈ ਲੇਕਿਨ ਇਹ ਬੜੀ ਇੰਪੋਰਟੈਂਟ ਗੱਲ ਤੁਹਾਨੂੰ ਦੱਸਣ ਲੱਗਾ ਤੁਸੀਂ ਸਾਰੇ ਉਹ FIR ਪੜ੍ਹੋ ਉਹ ਕਹਿੰਦੇ ਨੇ ਕਿ ਅਸੀਂ 20 ਤਰੀਕ ਨੂੰ DSP ਬਵਿੰਦਰ ਮਹਾਜਨ ਦੇ ਘਰ ਜਾ ਕੇ ਇਹਨਾਂ ਨੂੰ ਅਸੀਂ ਪੈਸੇ ਦਿੰਦੇ ਹਾਂ ਇਹ ਤੁਸੀਂ ਸਾਰਿਆਂ ਨੇ ਪੜ੍ਹਿਆ ਜਿਸ ਦੇ ਬੇਸ 'ਤੇ FIR ਹੋਈ ਹੈ ਔਰ ਉਸ FIR 'ਚ ਲਿਖਿਆ ਹੈ ਕਿ 12 ਵਜੇ ਦੁਪਹਿਰ ਤੋਂ ਲੈ ਕੇ 12:55 ਤੱਕ ਅਸੀਂ ਇਹਨਾਂ ਦੇ ਘਰ ਰਹੇ ਔਰ ਅਸੀਂ ਉਹਨਾਂ ਨੂੰ ਇਹ ਪੈਸੇ ਦੇ ਕੇ ਆਏ ਹਾਂ ਕਿੰਨੇ ਪੈਸੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਘਰ 25 ਲੱਖ ਰੁਪਇਆ ਦੇ ਕੇ ਆਏ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਚੀਜ਼ ਦਿਖਾਉਣਾ
ਇਹ ਏਅਰ ਟਿਕਟ ਹੈ ਡੀ ਐਸ ਪੀ ਬਵਿੰਦਰ ਮਹਾਜਨ ਦੀ। ਡੀ ਐਸ ਪੀ ਬਵਿੰਦਰ ਮਹਾਜਨ ਜਿਹੜਾ ਪਹਿਲਾ ਕੇਸ ਰਜਿਸਟਰ ਕੀਤਾ ਸੀ, ਜਿਹੜਾ ਮੇਨ ਕੇਸ ਐਸਟਰਾ ਫਾਰਮਾ ਦਾ ਜਿਹੜਾ ਸਾਰਾ ਕਰ ਰਹੇ ਨੇ, ਡੀ ਐਸ ਪੀ ਬਵਿੰਦਰ ਮਹਾਜਨ, ਐਸ ਪੀ ਵਿਸ਼ਾਲਜੀਤ ਸਿੰਘ ਔਰ ਮਿਸਟਰ ਚਰਨਜੀਤ ਸਿੰਘ, ਇਹ ਤਿੰਨ ਪੁਲਿਸ ਆਫਿਸ਼ਲਸ ਦੀ ਟੀਮ ਉਸੇ ਤਰੀਕ ਨੂੰ 20/5/2024 ਨੂੰ, ਜਿਹੜੀ ਤਰੀਕ ਨੂੰ ਉਹ ਪੈਸੇ ਦੇਣ ਦੀ ਗੱਲ ਕਰ ਰਹੇ ਨੇ, 1 ਵਜੇ ਦੀ ਫਲਾਈਟ ਫੜ ਕੇ ਏਅਰ ਇੰਡੀਆ ਅਤੇ ਦਿੱਲੀ ਗਏ ਨੇ ਇਨ ਆਰਡਰ ਟੂ ਕੰਡਕਟ ਦ ਇਨਵੈਸਟੀਗੇਸ਼ਨ, ਤਿੰਨੋਂ ਪਰਸਨਸ। ਔਰ ਇਹਨਾਂ ਦੀ ਟਿਕਟ ਸਾਡੇ ਕੋਲ ਹੈ, ਏਅਰਲਾਈਨਸ ਤੋਂ ਜਿਹੜਾ ਮਰਜ਼ੀ ਇਸ ਚੀਜ਼ ਨੂੰ ਵੈਰੀਫਾਈ ਕਰ ਸਕਦਾ। ਦੇਖੋ ਸਰ, ਇਸ ਚੀਜ਼ ਦੀ ਇਨਵੈਸਟੀਗੇਸ਼ਨ ਬੜੀ ਡੀਪ ਰੂਟਿਡ ਹੋਣੀ ਚਾਹੀਦੀ ਹੈ। ਰੀਜ਼ਨ ਇਜ਼ ਵੈਰੀ ਕਲੀਅਰ ਕਿ ਜਿਹੜਾ ਐਡੀ ਵੱਡੀ ਫਰਮ, ਜਿਹੜੀ ਐਡੀ ਵੱਡੀ ਫਰਮ ਇਹ ਸਭ ਕਾਰਵਾਈ ਕਰਦੀ ਹੈ, ਮੈਨੂਫੈਕਚਰਿੰਗ ਕਰਦੀ ਹੈ ਨਾਰਕੋਟਿਕ ਸਾਈਕੋਟ੍ਰੋਪਿਕ ਸਬਸਟੈਂਸ ਦੀ, ਉਹ ਵਿਦਾਊਟ ਸਪੋਰਟ ਕਰ ਨਹੀਂ ਸਕਦੀ। ਸਾਡਾ ਮੇਨ ਮਕਸਦ ਡੀ ਐਸ ਪੀ ਬਵਿੰਦਰ ਮਹਾਜਨ ਦਾ ਸੀ ਕਿ ਉਹ ਇਸ ਕੇਸ ਦੀ ਜੜ ਤੱਕ ਜਾਣਾ ਚਾਹੁੰਦੇ ਸੀ ਔਰ ਜਿਹੜੇ ਰੀਅਲ ਕਲਪਰੇਟ ਸੀ ਉਹਨਾਂ ਨੂੰ ਪਕੜ ਕੇ ਲਿਆਉਣਾ ਚਾਹੁੰਦੇ ਸੀ। ਪਰ ਉਸ ਤੋਂ ਪਹਿਲੇ ਤੁਸੀਂ ਦੇਖੋ, ਅੱਜ ਤੋਂ 2 ਮਹੀਨੇ ਪਹਿਲੇ ਉਹਨਾਂ ਦੀ ਟ੍ਰਾਂਸਫਰ ਕਰ ਦਿੱਤੀ ਗਈ, ਐਸ ਟੀ ਐਫ ਡਿਪਾਰਟਮੈਂਟ ਤੋਂ ਉਹਨਾਂ ਦੀ ਟ੍ਰਾਂਸਫਰ ਹੋਈ। ਉਸ ਤੋਂ ਬਾਅਦ ਆਲ ਆਫ ਦੀ ਸਡਨ ਇਸ ਐਫ ਆਈ ਆਰ 'ਚ ਇੰਕਲੂਡ ਹੋ ਗਏ। ਅਸੀਂ ਇੱਕ ਪ੍ਰੋਪਰ ਰਿਪ੍ਰਜੈਂਟੇਸ਼ਨ ਡਾਇਰੈਕਟਰ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਦਿੱਲੀ ਨੂੰ ਸਬਮਿਟ ਕਰ ਚੁੱਕੇ ਹਾਂ, ਜਿਹਦੇ 'ਤੇ ਅਸੀਂ ਰਿਕੁਐਸਟ ਕੀਤੀ ਹੈ ਟੂ ਦ ਸੈਂਟਰਲ ਮਿਨਿਸਟਰੀ, ਹੋਮ ਮਿਨਿਸਟਰੀ ਔਰ ਆਪਣੇ ਡੀ ਜੀ ਪੀ ਸਾਹਿਬ ਨੂੰ ਵੀ ਪੰਜਾਬ ਦੇ, ਕਿ ਸਾਡੀ ਇੱਕ ਰਿਕੁਐਸਟ ਹੈ, ਤੁਸੀਂ ਸਾਡੇ ਦੋਨਾਂ ਕੇਸਾਂ ਦੀ ਇਨਵੈਸਟੀਗੇਸ਼ਨ ਪ੍ਰੋਪਰ ਸੀ ਬੀ ਆਈ ਜਾਂ ਐੱਨ ਆਈ ਏ ਤੋਂ ਕਰਵਾਓ, ਕਿਉਂਕਿ ਇਹ ਛੋਟੀ ਚੀਜ਼ ਨਹੀਂ ਹੈ, ਇਹ ਕੋਈ ਛੋਟਾ ਮੋਟਾ ਕੇਸ ਨਹੀਂ ਹੈ। ਇਹਨਾਂ ਦੋਨਾਂ ਦੀ ਇਨਵੈਸਟੀਗੇਸ਼ਨ ਤੁਸੀਂ ਕਿਸੇ ਵੀ ਸੈਂਟਰਲ ਏਜੰਸੀ, ਸੀ ਬੀ ਆਈ, ਐੱਨ ਆਈ ਏ ਈਵਨ ਉੱਥੋਂ ਕਰਾਓ, ਸਾਨੂੰ ਨਾਲ ਇਨਵੈਸਟੀਗੇਸ਼ਨ ਜੁਆਇਨ ਕਰਾਓ। ਔਰ ਇਸ ਦੇ ਵਿੱਚ ਜਿਹੜੇ ਜਿਹੜੀ ਵੱਡੀ ਮਛਲੀਆਂ ਨੇ, ਜਿਹੜੇ ਜਿਹੜੇ ਬੰਦੇ ਇਨਵੈਸਟੀਗੇਸ਼ਨ ਨੂੰ ਹੈਂਪਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਨੂੰ ਸਾਹਮਣੇ ਲਿਆਓ। ਰਵਾਨੀ ਸਾਹਿਬ, ਤੁਹਾਨੂੰ ਕੀ ਲੱਗਦਾ ਕਿ ਦੇਖੋ, ਸਿਰਫ ਅਤੇ ਸਿਰਫ ਦੋ ਡਰੱਗ ਇੰਸਪੈਕਟਰਾਂ ਦੇ ਬਿਆਨਾਂ ਦੇ ਉੱਤੇ ਗੋਵਿੰਦਰ ਮਹਾਜਨ ਨੂੰ ਦੇ ਉੱਪਰ ਮਾਮਲਾ ਨਹੀਂ ਲੱਗਦਾ? ਜਿਹੜੀ ਵੀ ਜੋ ਵੀ ਪਹਿਲੇ 8 ਲੱਖ ਰੁਪਇਆ ਗਿਆ ਜਾਂਦਾ, ਉੱਥੇ ਦਿੰਦਾ 20 ਲੱਖ ਅਤੇ 25 ਲੱਖ, ਤੁਹਾਨੂੰ ਕੀ ਲੱਗਦਾ ਕਿ ਡਿਪਾਰਟਮੈਂਟ ਦੇ ਲੋਕ ਵਿੱਚ ਸ਼ਾਮਲ ਨੇ? ਦੇਖੋ ਸਰ, ਤੁਸੀਂ ਬੜੀ ਵਾਰੀ ਸੁਣਿਆ ਹੋਏਗਾ ਕਿ ਜਦੋਂ ਅਸੀਂ ਕਿਸੇ ਵੱਡੇ ਬੰਦੇ ਨੂੰ ਕਿਸੇ ਇਨਵੈਸਟੀਗੇਸ਼ਨ ਤੋਂ ਹਟਾਉਣਾ ਹੋਵੇ, ਅਸੀਂ ਕਿਸੇ ਪਰਸਨ ਨੂੰ ਵੀ ਕਿਸੇ ਤਰ੍ਹਾਂ ਦਾ ਲਾਲਚ ਦੇ ਕੇ ਉਹਨੂੰ ਖੜਾ ਕਰ ਸਕਦੇ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ, ਜਿਹੜੇ ਸ਼ੇਸ਼ਨ ਮਿੱਤਲ ਇੰਸਪੈਕਟਰ ਨੇ ਜਿਨ੍ਹਾਂ ਦੀ ਸਟੇਟਮੈਂਟ ਕਰਾਈ ਹੈ, ਆਲਰੇਡੀ ਐੱਫ ਆਈ ਆਰ 'ਚ ਹੈ ਕਿ ਉਹ ਆਲਰੇਡੀ ਇਹੋ ਜਿਹੇ ਕੰਮਾਂ 'ਚ ਇਨਵੋਲਵ ਹੈ ਔਰ ਆਲਰੇਡੀ ਉਹ ਪਹਿਲੇ ਇਹੋ ਜਿਹੇ ਕੇਸ ਫੇਸ ਕਰ ਰਹੇ ਨੇ। ਸੋ ਉਹਨਾਂ ਦਾ ਜਿਹੜਾ ਕੰਡਕਟ ਹੈ ਉਹ ਕਲੀਅਰ ਨਹੀਂ ਹੈ। ਸੁਖਦੀਪ ਸਿੰਘ ਦੀ ਸਟੇਟਮੈਂਟ ਨੂੰ ਔਰ ਸ਼ੇਸ਼ਨ ਦੀ ਸਟੇਟਮੈਂਟ ਨੂੰ ਜੇ ਅਸੀਂ ਇਹਨੂੰ ਜੁਡੀਸ਼ਲੀ ਔਰ ਲੀਗਲੀ ਕੰਪੇਅਰ ਕਰੀਏ, ਕਿਉਂਕਿ ਇਹ ਸਾਡਾ ਫੋਰਮ ਨਹੀਂ ਹੈ, ਇਹ ਫੋਰਮ ਕੰਸਿਡਰ ਕਰਨਾ ਕੋਰਟ ਨੇ, ਉਹਨਾਂ ਦੀ ਸਟੇਟਮੈਂਟਸ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸਵਾਲ ਪੁੱਟ ਕਰਦਾ ਜਾਂ ਮੈਂ ਤੁਹਾਡਾ ਕਲੀਅਰ ਕਰਦਾ। ਇਨਵੈਸਟੀਗੇਸ਼ਨ 'ਚ ਲਿਖਿਆ ਕਿ ਜਿਹੜੀ ਪਹਿਲੀ ਜਿਹੜੇ 25 ਲੱਖ ਰੁਪਇਆ ਦੇਣ ਦੀ ਗੱਲ ਕਰ ਰਹੇ ਹੈ, ਸ਼ੇਸ਼ਨ ਨੇ ਕਿਹਾ, ਜੈ ਸਿੰਘ ਨੇ ਕਿਹਾ ਕਿ ਇਹ ਪੈਸੇ ਮੇਰੇ ਕੋਲ ਕੈਸ਼ ਨਹੀਂ ਨੇ, ਅਤੇ ਸ਼ੇਸ਼ਨ ਨੇ ਕਿਹਾ ਮੇਰੇ ਅਕਾਊਂਟ, ਮੇਰੇ ਸਹੁਰੇ ਦੇ ਅਕਾਊਂਟ 'ਚ ਟ੍ਰਾਂਸਫਰ ਕਰ ਦਿਓ ਅਤੇ ਮੈਂ ਉੱਥੋਂ ਕਢਵਾ ਲਵਾਂਗਾ। ਤੁਸੀਂ ਦੱਸੋ ਕਿ ਕੋਈ ਰਿਸ਼ਵਤ ਦੇ ਪੈਸੇ ਕਦੀ ਕੋਈ ਬੈਂਕ ਅਕਾਊਂਟ 'ਚ ਟ੍ਰਾਂਸਫਰ ਕਰਵਾਉਂਦਾ ਆਪਣੇ? ਸ਼ੇਸ਼ਨ ਦਾ ਜਵਾਬ ਹੈ ਕਿ ਮੈਂ ਇਹ ਪੈਸੇ ਆਪਣੇ ਸਹੁਰੇ ਦੇ ਬੈਂਕ ਅਕਾਊਂਟ 'ਚ ਜਮ੍ਹਾਂ ਕਰਵਾਏ।
ਅਤੇ ਮੈਂ ਉੱਥੋਂ ਕਢਵਾ ਕੇ ਫਿਰ ਲੈ ਕੇ ਆਇਆ। ਹੁਣ ਮੇਰਾ ਇੱਕ ਸਵਾਲ ਹੈ ਪ੍ਰੈਸ ਮੀਡੀਆ ਦੇ ਥਰੂ ਸਾਰਿਆਂ ਨੂੰ, ਰਿਸ਼ਵਤ ਦੇਣ ਵਾਲਾ ਵੀ ਓਨਾ ਹੀ ਗੁਨਾਹਗਾਰ ਹੈ ਜਿੰਨਾ ਰਿਸ਼ਵਤ ਲੈਣ ਵਾਲਾ ਗੁਨਾਹਗਾਰ ਹੈ। ਜਿਹੜਾ ਰਿਸ਼ਵਤ ਲੈਂਦਾ ਔਰ ਜਿਹੜਾ ਰਿਸ਼ਵਤ ਦਿੰਦਾ, ਕਾਨੂੰਨ ਉਹਨਾਂ ਦੋਨਾਂ ਵਾਸਤੇ ਸੇਮ ਹੈ। ਇੱਕ ਮੇਰੀ ਰਿਕੁਐਸਟ ਹੈ ਕਿ ਅੱਜ ਅਸੀਂ DSP ਬਵਿੰਦਰ ਮਹਾਜਨ ਨੂੰ ਵਿਲਨ ਡਿਕਲੇਅਰ ਕਰ ਦਿੱਤਾ, ਅਤੇ ਜਿਹੜੇ ਪਰਸਨਸ ਨੇ ਕੋਰਟ 'ਚ ਜਾ ਕੇ ਬਿਆਨ ਦਿੱਤਾ ਕਿ ਅਸੀਂ ਰਿਸ਼ਵਤ ਦੇਣ ਗਏ, ਅਸੀਂ ਇਹਨਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਜਾਂ ਦਿੱਤੀ, ਇੰਸਪੈਕਟਰ ਸੁਖਦੀਪ ਸਿੰਘ ਅਤੇ ਸ਼ੇਸ਼ਨ, ਉਹਨਾਂ ਨੂੰ ਕੀ ਇਸ ਕੇਸ 'ਚ ਬਤੌਰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ? ਜਿਹੜੇ ਪਰਸਨ ਕਹਿੰਦੇ ਨੇ ਕਿ ਅਸੀਂ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਜਾਂ ਦਿੱਤੀ, ਅਸੀਂ ਇਨਵੈਸਟੀਗੇਸ਼ਨ ਨੂੰ ਹੈਂਪਰ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਕਿਸੇ ਨੇ ਵੀ ਅੱਜ ਤੱਕ ਇਹਦੇ ਵਿਚਕਾਰ ਬਤੌਰ ਦੋਸ਼ੀ ਨਾਮਜ਼ਦ ਨਹੀਂ ਕੀਤਾ। ਕੋਈ ਇਹਨਾਂ ਦਾ ਪਹਿਲੇ ਵੀ ਝਗੜਾ ਚੱਲਦਾ ਪਿਆ ਸੀ ਇਹਨਾਂ ਦੇ ਨਾਲ? ਦੇਖੋ ਸਾਲ ਪਹਿਲੇ, ਦੇਖੋ ਕੋਈ ਝਗੜਾ ਨਹੀਂ। ਇੰਸਪੈਕਟਰ ਸੁਖਦੀਪ ਸਿੰਘ ਉਸ ਟੀਮ ਦਾ ਪਾਰਟ ਸੀ ਜਿਹੜੇ ਅਸੀਂ ਐਸਟਰਾ ਫਾਰਮਾ 'ਤੇ ਜਾ ਕੇ ਸਾਰੀ ਰਿਕਵਰੀ ਕੀਤੀ ਸੀ। ਇਸ ਕਰਕੇ ਜੋ ਵੀ ਕੌਂਸਪੀਰੇਸੀ ਸਾਡੇ ਖਿਲਾਫ਼ ਪਲਾਨ ਕੀਤੀ ਗਈ ਹੈ, ਇੱਕ ਹਿਡਨ ਕੌਂਸਪੀਰੇਸੀ ਹੈ DSP ਬਵਿੰਦਰ ਮਹਾਜਨ ਨੂੰ ਇਸ ਮੁਕੱਦਮੇ ਤੋਂ ਦੂਰ ਰੱਖਣ ਵਾਸਤੇ, ਤਾਂ ਕਿ DSP ਬਵਿੰਦਰ ਮਹਾਜਨ ਇਸ ਕੇਸ ਦੀ ਇਨਵੈਸਟੀਗੇਸ਼ਨ ਨਾ ਕਰ ਸਕੇ। ਕਿਉਂਕਿ ਜੇ ਉਹ ਇਸ ਕੇਸ ਦੀ ਇਨਵੈਸਟੀਗੇਸ਼ਨ ਕਰੇਗਾ ਤਾਂ ਉਹ ਵੱਡੀ ਵੱਡੀ ਜਿਹੜੀ ਮਛਲੀਆਂ ਨੇ ਉਹਨਾਂ ਨੂੰ ਪਕੜ ਕੇ ਲੈ ਆ। ਕੀ ਲੱਗਦਾ ਹੈ ਕਿ ਪੰਜਾਬ ਸਰਕਾਰ ਜਾਂ ਪੰਜਾਬ ਦੇ DGP ਬਵਿੰਦਰ ਮਹਾਜਨ ਨੂੰ ਹਟਾਉਣ ਦੇ ਵਿੱਚ, ਇਸ ਕੇਸ ਤੋਂ ਪਿੱਛੇ ਹਟਾਉਣ ਦੇ ਵਿੱਚ ਨਾਕਾਮਯਾਬ ਸੀ, ਇਸ ਕਰਕੇ ਇਹ ਪਲਾਨ ਕੀਤਾ ਗਿਆ? ਨਹੀਂ, ਵੱਡੇ ਬਿਲਕੁਲ ਬਿਲਕੁਲ ਨਹੀਂ। ਦੇਖੋ ਮੈਂ ਤੁਹਾਨੂੰ ਇੱਕ, ਸਾਰਿਆਂ ਨੂੰ, ਮੀਡੀਆ ਦੇ ਜ਼ਰੀਏ ਆਪਣੀ ਸਟੇਟ ਗੌਰਮੈਂਟ ਨੂੰ ਵੀ ਇੱਕ ਅਪੀਲ ਕਰਦਾ ਵਾਂ, ਇਨਕਲੂਡਿੰਗ DGP ਸਾਹਿਬ। ਦੇਖੋ ਐਲੀਗੇਸ਼ਨ ਲਗਾਉਣਾ ਔਰ ਐਲੀਗੇਸ਼ਨ ਪ੍ਰੂਵ ਹੋਣਾ, ਇਹ ਦੋ ਗੱਲਾਂ ਡਿਫਰੈਂਟ। ਐਲੀਗੇਸ਼ਨ ਲਗਾ ਦੇਣ ਨਾਲ ਹੀ ਬੰਦਾ ਦੋਸ਼ੀ ਨਹੀਂ ਹੋ ਜਾਂਦਾ। ਅੱਜ ਦੀ ਡੇਟ ਵਿੱਚ ਸਾਡੇ ਮਾਨਯੋਗ DGP ਸਾਡੇ ਸਟੇਟ ਆਫ ਪੰਜਾਬ ਦੇ ਇੱਕ ਬਹੁਤ ਹੀ ਕਾਬਲ ਅਫਸਰ ਨੇ, ਉਹ ਬੜੇ ਕੰਪੀਟੈਂਟ ਆਫਿਸਰ ਨੇ। ਜੇ ਅਸੀਂ ਇਹ ਗੱਲ ਕਹੀਏ ਕਿ ਸਾਡੇ DGP ਸਾਹਿਬ ਇਸ ਚੀਜ਼ ਨੂੰ ਨਹੀਂ ਸਮਝਦੇ, ਇਹ ਬਿਲਕੁਲ ਗਲਤ ਗੱਲ ਹੈ। ਹੀ ਇਜ਼ ਵਨ ਆਫ ਦੀ ਮੋਸਟ ਕੰਪੀਟੈਂਟ ਪਰਸਨਸ ਵੀ ਹੈਵ ਐਵਰ ਸੀਨ ਇਨ ਅਵਰ ਲਾਈਫ। ਅਸੀਂ ਉਹਨਾਂ ਨੂੰ ਵੀ ਪਲੱਸ ਸਟੇਟ ਗੌਰਮੈਂਟ ਨੂੰ ਵੀ ਅਸੀਂ ਇਹ ਰਿਕੁਐਸਟ ਕਰਦੇ ਹਾਂ ਮੀਡੀਆ ਦੇ ਥਰੂ ਕਿ ਸਿਰਫ ਉਹ ਦੋ ਪਰਸਨਸ ਦੀ ਸਟੇਟਮੈਂਟ ਦੇ ਬੇਸ 'ਤੇ ਜਿਨ੍ਹਾਂ ਦਾ ਕੰਡਕਟ ਡਾਊਟਫੁੱਲ ਹੈ, ਜਿਨ੍ਹਾਂ ਦਾ ਆਪਣਾ ਕੰਡਕਟ ਸਸਪੀਸ਼ੀਅਸ ਹੈ, DSP ਬਵਿੰਦਰ ਮਹਾਜਨ ਨੂੰ ਆਊਟਰਾਈਟਲੀ ਦੋਸ਼ੀ ਨਾ ਕਰਾਰ ਦਿੱਤਾ ਜਾਏ, ਸਾਨੂੰ ਸੁਣਵਾਈ ਦਾ ਮੌਕਾ ਦਿੱਤਾ ਜਾਏ, ਸਾਨੂੰ ਐਸ਼ੋਰੈਂਸ ਦਿੱਤੀ ਜਾਏ ਕਿ ਜੇ ਅਸੀਂ ਇਨਵੈਸਟੀਗੇਟਿੰਗ ਏਜੰਸੀ ਕੋਲ ਆਉਂਦੇ ਹਾਂ, ਆਪਣੇ ਆ ਕੇ ਆਪਣੇ ਆਪ ਨੂੰ ਸਾਰੀ ਸਫਾਈ ਦੇਣ ਨੂੰ ਤਿਆਰ ਹਾਂ, ਤਾਂ ਸਾਨੂੰ ਆਊਟਰਾਈਟਲੀ ਅਰੈਸਟ ਕਰਕੇ ਸਾਡੇ ਉੱਪਰ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਜਾਏਗੀ, ਸਾਨੂੰ ਸੁਣਵਾਈ ਦਾ ਮੌਕਾ ਦਿੱਤਾ ਜਾਏ। ਔਰ ਮੇਰੀ ਰਿਕੁਐਸਟ ਹੈ ਟੂ ਦਾ DGP, ਟੂ ਦਾ ਵਰਦੀ ਚੀਫ ਮਿਨਿਸਟਰ ਐਂਡ ਆਲ ਦਾ ਸਟੇਟ ਮਸ਼ੀਨਰੀ ਐਜ ਵੈਲ ਐਜ ਦਾ ਸੈਂਟਰ ਮਿਨਿਸਟਰੀ ਕਿ ਵੀ ਵਾਂਟ DSP ਬਵਿੰਦਰ ਮਹਾਜਨ ਟੂ ਬੀ ਵੈਰੀ ਫੇਅਰ ਐਂਡ ਕੋਪਰੇਟਿਵ ਇਨ ਦਾ ਇਨਵੈਸਟੀਗੇਸ਼ਨ। ਨਾ ਉਹ ਕਿਤੇ ਭੱਜੇ ਨੇ, ਨਾ ਉਹ ਕਿਤੇ ਉਹਨਾਂ ਦੀ ਭੱਜਣ ਦੀ ਕੋਈ ਮਨਸ਼ਾ ਹੈ, ਉਹਨਾਂ ਦੀ ਪੂਰੀ ਮਨਸ਼ਾ ਹੈ ਸਟੇਟ ਏਜੰਸੀਜ਼ ਨੂੰ ਕੋਪਰੇਟ ਕਰਨ ਵਾਸਤੇ। ਸਾਡੀ ਰਿਕੁਐਸਟ ਹੈ ਕਿ ਜਿਹੜੇ ਸੁਖਦੀਪ ਸਿੰਘ ਔਰ ਸ਼ੇਸ਼ਨ ਦੀ ਸਟੇਟਮੈਂਟਸ ਹੈ ਉਹਨਾਂ ਨੂੰ ਅੱਛੀ ਤਰ੍ਹਾਂ ਵਾਚਿਆ ਜਾਵੇ, ਉਹਨਾਂ ਦੀ ਪੂਰੀ ਕ੍ਰੈਡੀਬਿਲਿਟੀ ਨੂੰ ਚੈੱਕ ਕੀਤਾ ਜਾਏ। ਹੁਣ ਇੱਕ ਚੀਜ਼ ਮੈਂ ਤੁਹਾਨੂੰ ਸਾਰਿਆਂ ਨੂੰ ਹੋਰ ਦੱਸ ਦਿੰਦਾ, ਇੱਕ ਬੜੀ ਚੀਜ਼ ਫਲੇਅਰ ਅਪ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਲੋਕੇਸ਼ਨ ਮੇਰੇ ਘਰ 'ਚ ਪਾਈ ਜਾ ਰਹੀ ਹੈ, ਉਹਨਾਂ ਪਰਸਨਸ ਦੀ ਲੋਕੇਸ਼ਨ ਮੇਰੇ ਘਰ 'ਚ ਪਾਈ ਜਾ ਰਹੀ ਹੈ, ਇੰਸਪੈਕਟਰ ਸੁਖਦੀਪ ਸਿੰਘ ਅਤੇ ਸ਼ੇਸ਼ਨ ਦੀ।
ਹੁਣ ਤੁਸੀਂ ਸਾਰੇ ਮੀਡੀਆ ਪਰਸਨ ਹੋ, ਇੰਸਪੈਕਟਰ ਸੁਖਦੀਪ ਸਿੰਘ ਮੇਰੀ ਰੇਡਿੰਗ ਟੀਮ ਦਾ ਪਾਰਟ ਹੈ, ਮੇਰਾ ਇੱਕ ਨੈਟਵਰਕ ਹੈ ਜਿਹੜਾ ਸਟੇਟ ਆਫ ਪੰਜਾਬ 'ਚ ਮੈਂ ਓਪਰੇਟ ਕਰਦਾ ਵਾਂ ਡਰੱਗ ਪੈਡਲਰਸ ਨੂੰ ਪਕੜਨ ਵਾਸਤੇ। ਕੋਈ ਵੀ ਮੇਰੀ ਟੀਮ ਦਾ ਪਰਸਨ ਮੇਰੇ ਘਰ ਆ ਕੇ ਮੇਰੇ ਨਾਲ ਮੀਟਿੰਗ ਕਰ ਸਕਦਾ ਹੈ ਇਨ ਰਿਲੇਸ਼ਨ ਟੂ ਮਾਈ ਟਾਸਕ। ਮਿਸਟਰ ਸ਼ੇਸ਼ਨ ਜੇ ਸੁਖਦੀਪ ਸਿੰਘ ਦੇ ਨਾਲ ਘੁੰਮਦੇ ਹੋਏ ਉੱਥੇ ਆਉਂਦੇ ਨੇ ਇਸ ਏਰੀਏ ਵਿੱਚ ਅਤੇ ਇੱਕ ਲੋਕੇਸ਼ਨ ਆਉਂਦੀ ਹੈ, ਅਤੇ ਇਹਦਾ ਮਤਲਬ ਇਹ ਨਹੀਂ ਕਿ ਜੇ ਉਹਦੀ ਲੋਕੇਸ਼ਨ ਮੇਰੇ ਘਰ ਦੇ ਏਰੀਏ ਵਿੱਚ ਪਾਈ ਜਾ ਰਹੀ ਹੈ ਤਾਂ ਆਈ ਐਮ ਅ ਕਲਪ੍ਰਿਟ। ਜੇ ਕੋਈ ਪਰਸਨ ਮੇਰੇ ਘਰ ਦੇ ਬਾਹਰ ਆਉਂਦਾ ਜਾਂ ਮੇਰੇ ਘਰ ਦੇ ਅੰਦਰ ਵੀ ਆਉਂਦਾ ਹੈ, ਮੰਨ ਲਓ ਆਪਣੀ ਆਈਡੈਂਟੀਫਿਕੇਸ਼ਨ ਦੇ ਕੇ ਕਿ ਮੈਂ ਡਰੱਗ ਇੰਸਪੈਕਟਰ ਹਾਂ, ਮੈਂ ਉਹਨੂੰ ਬਿਠਾ ਕੇ ਚਾਹ ਵੀ ਪਾਣੀ ਵੀ ਪਿਲਾ ਦਿੰਦਾ ਵਾਂ, ਦੈਟ ਡਜ਼ਨਟ ਮੀਨ ਕਿ ਮੈਂ ਉਹਦੇ ਨਾਲ ਕੋਈ ਕਰਪਸ਼ਨ 'ਚ ਇੰਡਲਜ ਹੋ ਗਿਆ। ਮੇਰੀ ਪਰਪਸ ਅੱਜ ਦੀ ਜਿਹੜੀ ਤੁਹਾਡੀ ਪ੍ਰੈਸ ਕਾਨਫਰੰਸ ਕਾਲ ਕਰਨ ਦੀ ਸੀ ਉਹ ਸਿਰਫ ਇਹ ਸੀ ਕਿ ਵੀ ਰਿਕੁਐਸਟ ਟੂ ਦਾ ਸਟੇਟ ਏਜੰਸੀਸ, ਵੀ ਰਿਕੁਐਸਟ ਟੂ ਦਾ ਵਰਦੀ DGP ਐਂਡ ਵੀ ਰਿਕੁਐਸਟ ਟੂ ਦਾ ਲਰਨਡ ਸੈਂਟਰਲ ਏਜੰਸੀਸ, ਕਿਸੇ ਪਰਸਨ ਨੂੰ ਵਨ ਸਾਈਡਿਡ ਮੈਟਰ ਸੁਣ ਕੇ ਗਿਲਟੀ ਨਾ ਹੋਲਡ ਕਰੋ, ਉਹਨੂੰ ਸੁਣਵਾਈ ਦਾ ਮੌਕਾ ਦਿਓ। ਉਹ ਆ ਕੇ ਹਰ ਚੀਜ਼ ਐਕਸਪਲੇਨ ਕਰਨ ਨੂੰ ਤਿਆਰ ਹੈ, ਪ੍ਰੋਵਾਈਡਿਡ ਗੌਰਮੈਂਟ ਉਹਨੂੰ ਇੰਸ਼ੋਰੈਂਸ ਦੇ ਕਿ ਉਹਦੇ ਨਾਲ ਕੋਈ ਵੀ ਕੋਰਸਿਵ ਸਟੈਪਸ ਅਡੋਪਟ ਨਹੀਂ ਕੀਤੇ ਜਾ। ਐਂਡ ਵੀ ਆਰ ਹੇਅਰ ਟੂ ਕੋਪਰੇਟ ਐਵਰੀਥਿੰਗ ਬਿਕੋਜ਼ ਸਾਡੀ ਜਿਹੜੀ ਪੰਜਾਬ ਗੌਰਮੈਂਟ, ਪੰਜਾਬ ਸਟੇਟ ਹੈ, ਉਹ ਜਿਹੜੀ ਸਾਡੀ ਡਰੱਗ ਪ੍ਰੋਬਲਮ ਹੈ ਉਹਨੂੰ ਬਹੁਤ ਲਾਰਜ ਲੈਵਲ 'ਤੇ ਪ੍ਰੋਬਲਮ ਨੂੰ ਡੀਲ ਕਰ ਰਹੀ ਹੈ। ਰੋਜ਼ ਅਸੀਂ ਦੇਖਦੇ ਹਾਂ ਕਿ ਇਸ ਬਿਮਾਰੀ ਨੂੰ ਪੰਜਾਬ 'ਚੋਂ ਖਤਮ ਕਰਨਾ ਹੈ। ਜੇ ਖਤਮ ਕਰਨਾ ਹੈ ਤਾਂ ਸਾਨੂੰ ਬੜੇ ਕਾਬਿਲ ਪੁਲਿਸ ਆਫਿਸਰਸ ਦੀ ਲੋੜ ਹੈ। ਔਰ ਮੈਂ ਤੁਹਾਨੂੰ ਇੱਕ ਗੱਲ ਵੱਧ ਦਾਅਵੇ ਨਾਲ ਕਹਿੰਦਾ ਵਾਂ, ਤੁਸੀਂ ਸਾਰੇ ਬੀਇੰਗ ਮੀਡੀਆ ਪ੍ਰੋਪਰਲੀ ਸਰਚ ਕਰਨਾ, ਜਿੰਨੀ ਰਿਕਵਰੀਜ਼ ਔਰ ਜਿੰਨੇ ਕੇਸਿਸ DSP ਬਵਿੰਦਰ ਮਹਾਜਨ ਨੇ ਪੰਜਾਬ ਵਿੱਚ ਸੋਲਵ ਕੀਤੇ ਨੇ ਔਰ ਹੈਵੀ ਰਿਕਵਰੀਜ਼ ਕੀਤੀਆਂ, ਸ਼ਾਇਦ ਹੀ ਕਿਸੇ ਹੋਰ ਪੁਲਿਸ ਆਫਿਸਰ ਨੇ ਕੀਤੀਆਂ ਹੋਣ। ਸੋ ਮਾਈ ਰਿਕੁਐਸਟ ਟੂ ਦ ਇੰਟਾਇਰ ਮੀਡੀਆ ਇਜ਼, ਸਾਨੂੰ ਪ੍ਰਿਡਿਕਟ ਨਾ ਕਰੋ ਕਿ DSP ਬਵਿੰਦਰ ਮਹਾਜਨ ਇਜ਼ ਅ ਵਿਲਨ। ਹੀ ਇਜ਼ ਨੋਟ ਅ ਵਿਲਨ ਰਾਈਟ ਨਾਓ, ਹੀ ਇਜ਼ ਨੋਟ ਐਨ ਐਬਸਟੋਂਡਰ, ਕਿਤੇ ਨਹੀਂ ਭੱਜੇ, ਬੜੀ ਜਲਦੀ ਉਹ ਪਿਕਚਰ 'ਚ ਆਉਣਗੇ। ਅਸੀਂ ਆਪਣੇ ਜੋ ਸਾਡੇ ਲੀਗਲ ਰਾਈਟਸ ਸਾਡੇ ਕੋਲ ਅਵੇਲੇਬਲ ਨੇ ਅੰਡਰ ਲਾਅ, ਵੀ ਆਰ ਅਵੇਲਿੰਗ ਦੋਜ਼ ਰਾਈਟਸ। ਔਰ ਜੇ ਸਾਨੂੰ ਕੋਰਟ ਕਹੇਗੀ ਕਿ ਨੋ, ਮੈਂ ਤੁਹਾਡੀ ਗੱਲ ਤਾਂ ਸੁਣਾਂਗੀ ਜੇ ਤੁਸੀਂ ਸਰੈਂਡਰ ਕਰ ਦਿਓਗੇ, ਵੀ ਵਿਲ ਬੀ ਦੀ ਫਸਟ ਪਰਸਨ ਜਿਹੜੇ ਮੀਡੀਆ ਕੋਲ ਆ ਕੇ ਜਾਂ ਵੈਸੇ ਸਟੇਟ ਏਜੰਸੀਜ਼ ਕੋਲ ਜਾ ਕੇ ਆਪਣੇ ਆਪ ਨੂੰ ਕਹਾਂਗੇ ਵੀ ਸਰੈਂਡਰ, ਸਾਡੇ ਕੋਲੋਂ ਜੋ ਤੁਸੀਂ ਪੁੱਛਗਿੱਛ ਕਰਨੀ ਹੈ ਕਰੋ, ਕਿਤੇ ਕੋਈ ਭੱਜਣ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਹੈ, ਕਿਤੇ ਨਹੀਂ ਜਾ ਰਹੇ, ਫੈਮਲੀ ਉਹਨਾਂ ਦੀ ਇੱਥੇ ਹੈ, ਰਿਪਿਊਟਿਡ ਫੈਮਲੀ ਹੈ, ਕੋਈ ਐਸਾ ਉਹਨਾਂ ਦੇ ਖਿਲਾਫ਼ ਜਿਹੜੇ ਐਲੀਗੇਸ਼ਨ ਲਗਾਏ ਜਾ ਰਹੇ ਨੇ ਮੋਟੀਵੇਟਿਡ ਨੇ ਔਰ ਉਹਨਾਂ ਨੂੰ ਐਪੇਰੈਂਟਲੀ ਝੂਠੇ ਕੇਸ 'ਚ ਫਸਾਉਣ ਦੀ ਚਾਲ ਹੈ। ਸਰ ਤੁਸੀਂ ਅੰਟਾਇਰ ਸਾਰਾ ਦੇਖ ਸਕਦੇ ਹੋ, ਇੱਕ ਨਵੇਂ ਇੰਨੀ ਵੀ ਦਵਾਈ ਜਾਂ ਪੈਸਾ, ਜੇ ਤੁਹਾਨੂੰ ਕੋਈ ਸਟੇਟ ਏਜੰਸੀਜ਼ ਨੇ ਸਟੇਟਮੈਂਟ ਕਿਸੇ ਨੂੰ ਦਿੱਤੀ ਹੈ ਕਿ ਅਸੀਂ ਇਹਨਾਂ ਦੇ ਘਰੋਂ ਦਵਾਈਆਂ ਪਕੜੀਆਂ ਜਾਂ ਕੋਈ ਇਹਨਾਂ ਕੋਲੋਂ ਪੈਸੇ ਮੰਗੇ ਹੈ, ਮੇਰੀ ਰਿਕੁਐਸਟ ਹੈ ਸਟੇਟ ਏਜੰਸੀਜ਼ ਨੂੰ ਕਹੋ ਕਿ ਉਹਦੀ ਸਰਚ ਮੀਮੋ ਦੇ ਦਿਓ। ਜਿਹੜੀ 25 ਲੱਖ ਦੀ ਗੱਲ ਕਰ ਰਹੇ ਹੋ 20 ਤਰੀਕ ਦੀ, ਉਹਦੀ ਕੋਈ CCTV ਹੈਗੀ ਹੈ? ਸਰ ਜੇ ਕੋਈ CCTV 25 ਲੱਖ ਰੁਪਇਆ ਦਿੱਤਾ ਹੋਏਗਾ, ਨਹੀਂ ਘਰ ਦੇ ਅੰਦਰ ਆਏ ਹੋਣ ਜਾਂ ਗਏ ਹੋਣ, ਮੈਂ ਸਾਰੀ ਗੱਲ ਛੱਡਦਾ, ਤੁਹਾਡੀ ਗੱਲ ਇੱਕ ਛੋਟੀ ਜਿਹੀ ਖਤਮ ਕਰ ਦਿੰਦਾ। ਜੇ ਪਰਸਨ SP ਰੈਂਕ ਦਾ ਪਰਸਨ ਮੇਰੇ ਨਾਲ 1 ਵਜੇ ਫਲਾਈ ਕਰ ਰਿਹਾ, 1 ਵਜੇ ਦੀ ਫਲਾਈਟ ਮੇਰੀ ਡਿਪਾਰਟ ਹੋ ਰਹੀ ਹੈ ਔਰ ਮੈਂ ਹਰਿਦੁਆਰ ਜਾ ਰਿਹਾ, ਉਸ ਵਕਤ ਦਿੱਲੀ ਗਿਆ, ਦਿੱਲੀ ਤੋਂ ਹਰਿਦੁਆਰ ਗਿਆ ਬਾਈ ਰੋਡ, ਔਰ ਜਿਹੜਾ ਕੋਰਟ 'ਚ ਚਲਾਨ ਪੇਸ਼ ਕੀਤਾ ਗਿਆ ਉਹਦੇ ਵਿੱਚ ਲਿਖਿਆ ਕਿ ਅੱਜ 20 ਤਰੀਕ ਨੂੰ DSP ਬਵਿੰਦਰ ਮਹਾਜਨ ਨਾਲ ਪੁਲਿਸ ਅਫਸਰ ਦੇ
ਹਰਿਦੁਆਰ ਜਾਂਦਾ ਹੈ, ਦਿੱਲੀ ਜਾਂਦਾ ਹੈ, ਉੱਥੋਂ ਹਰਿਦੁਆਰ ਜਾਂਦਾ ਹੈ, ਪੂਰੀ ਟੀਮ ਜਾਂਦੀ ਹੈ, ਉੱਥੇ ਰੇਡ ਕੀਤੇ ਜਾ ਰਹੇ ਨੇ, ਉੱਥੋਂ ਦੋਸ਼ੀ ਅਰੈਸਟ ਕੀਤੇ ਜਾ ਰਹੇ ਨੇ, ਉੱਥੋਂ ਲੈ ਕੇ ਆਏ ਜਾ ਰਹੇ ਨੇ। ਔਰ ਜਿਹੜੇ ਪਰਸਨ ਨੂੰ ਐਸਟਰਾ ਫਾਰਮਾ ਦੇ ਬੰਦਿਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਇਹ ਕਿਹਾ ਜਾ ਰਿਹਾ ਕਿ ਅਸੀਂ ਪੈਸੇ ਲਏ ਨੇ, ਉਹ ਪਹਿਲੇ ਹੀ ਮਈ ਮਹੀਨੇ ਦੇ ਵਿੱਚ ਹੀ ਪਹਿਲੇ ਉਸ ਤੋਂ ਪਹਿਲੇ ਨਾਮਜ਼ਦ ਦੋਸ਼ੀ ਹੋ ਚੁੱਕੇ ਨੇ। ਜਿਹੜੇ ਪਰਸਨ ਦੋਸ਼ੀ ਨਾਮਜ਼ਦ ਹੋ ਚੁੱਕੇ ਨੇ, ਜਿਨ੍ਹਾਂ ਬਾਰੇ ਕੋਰਟ ਵਿੱਚ ਲਿਖ ਕੇ ਦਿੱਤਾ ਜਾ ਚੁੱਕਾ ਹੈ, ਉਹਨੂੰ ਬੈਨੀਫਿਟ ਦੇਣ ਵਾਸਤੇ ਪੈਸੇ ਕਿਸ ਤਰ੍ਹਾਂ ਲਏ ਜਾ ਸਕਦੇ? ਬਿਲਕੁਲ ਦੇਣ ਨੂੰ ਤਿਆਰ, ਬਿਲਕੁਲ ਕਰਨ ਨੂੰ ਤਿਆਰ। ਜੇ ਸਾਨੂੰ ਇੰਸ਼ੋਰੈਂਸ ਇਹ ਦਿੰਦੇ ਨੇ ਕਿ ਸਾਡੇ ਤੇ ਕੋਈ ਕੋਰਸਿਵ ਐਕਸ਼ਨ ਨਹੀਂ ਲਿਆ ਜਾਏਗਾ, ਸਾਨੂੰ ਜੇਲ੍ਹਾਂ 'ਚ ਨਹੀਂ ਸੁੱਟ ਦਿੱਤਾ ਜਾਏਗਾ, ਕਿਉਂਕਿ ਮੈਂ ਸਾਰੀ ਮੀਡੀਆ ਨੂੰ ਇੱਕ ਗੱਲ ਦੱਸਦਾ, ਜਦੋਂ ਇੰਨਾ ਆਫਿਸਰ ਜਿਹੜਾ ਇੰਨਾ ਵੱਡਾ ਡਰੱਗ ਪੈਡਲਰਸ ਨੂੰ ਪਕੜਦਾ ਹੋਵੇ, ਜਦੋਂ ਉਹਨੂੰ ਜੇਲ੍ਹ 'ਚ ਪਾਇਆ ਜਾਂਦਾ ਹੈ, ਜਦੋਂ ਉਹਨੂੰ ਇਹ ਸ਼ੋਅ ਕਰ ਦਿੱਤਾ ਜਾਂਦਾ ਹੈ ਕਿ ਵਿਲਨ ਹੈ, ਜਿਹੜੇ ਉਹਦੇ ਓਪੋਨੈਂਟਸ ਹੁੰਦੇ ਨੇ, ਜਿਹੜੇ ਪਰਸਨਸ ਨੂੰ ਅਰੈਸਟ ਕੀਤਾ ਹੁੰਦਾ, ਜਿਨ੍ਹਾਂ ਦੀ ਜੜ੍ਹਾਂ ਤੱਕ ਇਹ ਗਏ ਹੁੰਦੇ ਨੇ, ਉਹ ਖੁਸ਼ ਹੁੰਦੇ ਨੇ ਕਿ ਉਹ ਪਰਸਨ ਜੇਲ੍ਹ ਗਿਆ, ਉਹਦੇ ਬੈਨੀਫਿਟ ਅਸੀਂ ਲਵਾਂਗੇ ਆਪਣੇ ਟ੍ਰਾਇਲ 'ਚ, ਇਹ ਗੱਲ ਸ਼ੋਅ ਕਰਕੇ ਕਿ ਜਿਹੜੇ ਪਰਸਨ ਨੇ ਸਾਨੂੰ ਫੜਿਆ ਸੀ ਉਹਦਾ ਆਪਣਾ ਕਰੈਕਟਰ ਦਾਗੀ ਹੈ। ਇਸ ਚੀਜ਼ ਨੂੰ ਕਵਰ ਅਪ ਕਰਨ ਵਾਸਤੇ ਅਸੀਂ ਕਹਿੰਦੇ ਹਾਂ ਜੀ, ਅਸੀਂ ਆਪਣੀ ਏਜੰਸੀਜ਼ ਕੋਲ, DGP ਸਾਹਿਬ ਕੋਲ, STF ਜਾਂ ਕੋਈ ਵੀ ਏਜੰਸੀ ਤੁਸੀਂ ਕਹੋ, ਅਸੀਂ ਉੱਥੇ ਪੇਸ਼ ਹੋਣ ਨੂੰ ਤਿਆਰ ਹਾਂ। ਅਸੀਂ ਕਿਤੇ DSP ਬਵਿੰਦਰ ਮਹਾਜਨ ਨਹੀਂ ਜਾਣਗੇ, ਉਹ ਬਿਲਕੁਲ ਪੇਸ਼ ਹੋ ਕੇ ਤਿਆਰ ਨੇ। ਸਾਨੂੰ STF ਜਾਂ ਜਿਹੜੀ ਵੀ ਸਾਡੀ ਏਜੰਸੀ ਸਟੇਟ ਆਫ ਪੰਜਾਬ, ਸਾਨੂੰ ਇਸ ਗੱਲ ਦੀ ਗਰੰਟੀ ਦੇ ਦੇਵੇ ਕਿ ਕੋਈ ਕੋਰਸਿਵ ਐਕਸ਼ਨ ਨਹੀਂ ਹੋਏਗਾ, ਟਿਲ ਮੈਂ ਨਹੀਂ ਕਹਾਂਗਾ ਕਿ ਬਿਲਕੁਲ ਨਹੀਂ ਹੋਏਗਾ, ਜੇ ਸਾਡੇ ਖਿਲਾਫ਼ ਕੰਕਲੂਸਿਵ ਐਵੀਡੈਂਸ ਮਿਲ ਜਾਏ ਕਿ ਯੈਸ ਵੀ ਆਰ ਗਿਲਟੀ, ਵੀ ਆਰ ਰੈਡੀ ਟੂ ਸੁਰੈਂਡਰ ਐਂਡ ਗੋ ਟੂ ਦ ਜੇਲ। ਇਹਦਾ ਮਤਲਬ ਉਹ ਵੀ ਕਰਪਟ ਹੈ ਕਿਸੇ ਤਰੀਕੇ ਦੇ ਨਾਲ? ਤੁਸੀਂ ਮੇਰੇ ਵਰਡ ਨਹੀਂ ਸੁਣੇ, ਰਿਸ਼ਮ ਜੀ ਨੇ ਹੁਣੇ ਮੈਨੂੰ ਕਿਹਾ ਸੀ, ਮੈਂ ਕਿਹਾ ਸੀ ਜੀ ਸੈਂਟਰਲ ਏਜੰਸੀ ਜਾਂ ਸਟੇਟ ਏਜੰਸੀ। ਇਹਦਾ ਮਤਲਬ ਮਵਿੰਦਰ ਮਹਾਜਨ ਜਿਸ ਪੁਲਿਸ 'ਚ ਕੰਮ ਕਰ ਰਿਹਾ ਸੀ, ਮਵਿੰਦਰ ਮਹਾਜਨ ਇੱਕ ਕਰਪਟ ਪੁਲਿਸ ਦਾ ਪਾਰਟ ਸੀ? ਨਹੀਂ ਸਰ, ਇਹ ਗੱਲ ਬਿਲਕੁਲ ਗਲਤ ਹੈ ਕਿ ਸਾਡਾ ਕਰਪਟ ਸਿਸਟਮ ਕਰਪਟ ਹੈ, ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਨੋਟ ਓਨਲੀ ਵਿਦ ਦਿਸ ਕੇਸ, ਬੀਇੰਗ ਏ ਪਰਸਨ ਰਿਲੇਟਿਡ ਟੂ ਦ ਲੀਗਲ ਫਰੈਟਰਨਿਟੀ, ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਤੁਹਾਡੀ ਪ੍ਰੈਸ ਕਾਨਫਰੰਸ ਦੇ ਸਾਹਮਣੇ ਇੱਕ ਗੱਲ ਕਹਿੰਦਾ, ਜੇ ਪੁਲਿਸ ਡਿਪਾਰਟਮੈਂਟ ਸਾਡਾ ਨਾ ਹੋਵੇ ਔਰ ਐਫੀਸ਼ੈਂਟਲੀ ਕੰਮ ਨਾ ਕਰ ਰਿਹਾ ਹੋਵੇ, ਮੇਰਾ ਤੁਹਾਡਾ ਇਹਨਾਂ ਦਾ ਸੜਕ 'ਤੇ ਚੱਲਣਾ ਮੁਸ਼ਕਿਲ ਹੋ ਜਾਏ। ਜੇ ਅੱਜ ਅਸੀਂ ਥੋੜ੍ਹੇ ਬਹੁਤ ਪ੍ਰੋਟੈਕਟਿਵ ਹਾਂ ਨਾ, ਅਸੀਂ ਥੋੜ੍ਹਾ ਬਹੁਤ ਚੱਲ ਰਹੇ ਹਾਂ, ਉਹ ਕੁਛ ਅੱਛੇ ਪੁਲਿਸ ਆਫਿਸ਼ਲਸ ਦੀ ਮਿਹਰਬਾਨੀ ਕਰਕੇ ਹੀ ਕਰ ਰਹੇ ਹਾਂ। ਦੇਖੋ ਸਰ, ਕੋਈ ਸਿਸਟਮ ਐਸਾ ਨਹੀਂ ਹੈ ਦੁਨੀਆ ਦਾ, ਕੋਈ ਔਰਗੇਨਾਈਜੇਸ਼ਨ ਜਿੱਥੇ 100% ਬਿਲਕੁਲ ਕੇਪੇਬਲ ਪਰਸਨ ਨੇ। ਜੇ 100% ਨੇ ਉਹਦੇ 'ਚੋਂ 20 ਬਲੈਕ ਸ਼ੀਪਸ ਹੁੰਦੇ ਆ, ਜੇ ਉਹਦੇ 'ਚੋਂ 50% ਵੀ ਬਿਲਕੁਲ ਓਨੈਸਟ ਨੇ, ਤਾਂ ਬੜੀ ਵੱਡੀ ਗੱਲ ਹੈ। ਇਹ ਗੱਲ ਬਿਲਕੁਲ ਗਲਤ ਹੈ ਕਿ ਪੁਲਿਸ ਸਿਸਟਮ ਕਰਪਟ ਹੈ। ਮੈਂ ਵਾਰ-ਵਾਰ ਇੱਕ ਗੱਲ ਕਹਿ ਰਿਹਾ ਹਾਂ, ਕਿਉਂ ਮੈਂ ਵਰਡ ਯੂਜ਼ ਕੀਤੇ ਸੀ CBI ਔਰ NIA, ਮੈਂ ਇਸ ਕਰਕੇ ਕੀਤੇ ਸੀ ਬਿਕੋਜ਼ ਤੁਸੀਂ ਸਾਰੇ ਸਮਝੋ ਕਿ ਇਹ ਜਿਹੜਾ ਰੈਕੇਟ 2 FIR ਦਾ, ਇਹ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਹੈ। ਜਿਹੜੀ ਐਸਟਰਾ ਫਾਰਮਾ ਹੈ ਉਹ ਮਹਾਰਾਸ਼ਟਰ ਦੀ ਹੈ, ਪਾਲਘਰ ਦੀ ਹੈ, ਜੇ ਉਹਦਾ ਨੈਕਸਿਸ ਦੂਸਰੇ ਸਟੇਟਸ ਤੱਕ ਵੀ ਹੈ ਤਾਂ ਸਟੇਟ ਆਫ ਪੰਜਾਬ ਨੂੰ ਉੱਥੇ ਇਨਵੈਸਟੀਗੇਸ਼ਨ ਕਰਨ 'ਚ ਮੁਸ਼ਕਿਲ ਆਏਗੀ। ਫੋਰ ਦੈਟ ਰੀਜ਼ਨ ਮੈਂ ਕਿਹਾ CBI ਕਰੇ, NIA ਕਰੇ, ਸਾਡੀ ਸਟੇਟ ਏਜੰਸੀਜ਼ ਕਰਨ, ਪਰ ਇੰਡੀਪੈਂਡੈਂਟਲੀ ਕਰਨ। ਜੇ ਤੁਹਾਡੀ ਇਹ ਮੰਗ ਨਹੀਂ ਪੂਰੀ ਹੁੰਦੀ, ਕੋਈ ਏਜੰਸੀ ਨਹੀਂ ਲਗਾਈ ਜਾਂਦੀ, ਫਿਰ ਕੀ ਇਸ ਤਰੀਕੇ ਨਾਲ ਅਮਰਿੰਦਰ ਮਹਾਜਨ ਇਸ ਤਰ੍ਹਾਂ ਹੀ ਫਰਾਰ ਰਹਿਣਗੇ ਜਾਂ ਆਉਣਗੇ ਸਾਹਮਣੇ? ਸਰ, ਉਹ ਕਦੀ ਵੀ ਫਰਾਰ ਨਹੀਂ ਰਹਿਣਗੇ। ਮੈਂ ਤੁਹਾਨੂੰ ਇੱਕ ਸਟਾਰਟ 'ਤੇ ਗੱਲ ਕਹੀ ਸੀ, ਵੀ ਆਰ ਇਨ ਦੀ ਪ੍ਰੋਸੈਸ ਆਫ ਅਵੇਲਿੰਗ ਅਵਰ ਲੀਗਲ ਰਾਈਟ, ਅਸੀਂ ਬੜੀ ਜਲਦੀ
ਮਾਨਯੋਗ ਹਾਈ ਕੋਰਟ ਜਾ ਰਹੇ ਹਾਂ ਜਿੱਥੇ ਅਸੀਂ ਸੀ ਬੀ ਆਈ ਇਨਵੈਸਟੀਗੇਸ਼ਨ ਦੀ ਡਿਮਾਂਡ ਕਰ ਰਹੇ। ਸਰ ਜੇ ਕੋਰਟ 'ਚ ਸਰੈਂਡਰ ਕਰਨਗੇ ਅੱਜ ਦੀ ਡੇਟ 'ਚ ਕਰ ਦਿੰਦੇ ਨੇ ਤਾਂ ਕੋਰਟ ਦਾ ਪ੍ਰੋਸੀਜਰ ਇਹ ਹੈ ਕਿ ਪੁਲਿਸ ਵਾਲੇ ਉਹਨਾਂ ਨੂੰ ਰਿਮਾਂਡ 'ਤੇ ਲੈਣਗੇ, ਉਹਨਾਂ ਦੀ ਅਰੈਸਟ ਪਾਉਣਗੇ। ਜਦੋਂ ਅਰੈਸਟ ਪਾਉਣਗੇ ਤਾਂ ਹੀ ਹੈਜ਼ ਬੀਨ ਫਾਰਮਲੀ ਅਰੈਸਟਿਡ, ਦੈਟ ਮੀਨਸ ਹੀ ਵਿਲ ਬੀ ਟ੍ਰੀਟਿਡ ਐਜ਼ ਏ ਅਰੈਸਟਿਡ ਪਰਸਨ। ਪਰ ਜੇ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਜੁਆਇਨ ਕਰਨੀ ਹੈ, ਆਪਣੇ ਸਾਰੇ ਦੱਸਣੇ ਹੈ, ਤਾਂ ਸਾਡੀ ਕੰਟੈਂਸ਼ਨ ਇਹ ਹੈ ਕਿ ਉਹਨਾਂ ਨੂੰ ਅਰੈਸਟ ਕਰਨ ਦੀ ਲੋੜ ਨਹੀਂ। ਉਹ ਤਾਂ ਕਰੇਗੀ ਜੇ ਐਂਟੀਸਪੇਟਰੀ ਬੇਲ ਲਾਈ ਕਰਾਂਗੇ ਤਾਂ। ਕੋਰਟ ਆਰਡਰ ਕਰਦੀ ਹੈ ਕਿ ਉਹ ਇਨਵੈਸਟੀਗੇਸ਼ਨ ਸ਼ੁਰੂ, ਤੁਹਾਨੂੰ ਐਸ਼ੋਰੈਂਸ ਦਿੰਦੇ ਹਾਂ ਕਿ ਸਾਨੂੰ ਕੋਰਟ ਡਾਇਰੈਕਸ਼ਨ ਦੇ ਨਾ ਦੇ, ਅਸੀਂ ਫਿਰ ਵੀ ਇਨਵੈਸਟੀਗੇਸ਼ਨ ਜੁਆਇਨ ਕਰਾਂਗੇ। ਦੇਖੋ ਸਰ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸਦਾ, ਇਨਸਾਨ ਕਦੀ ਭੱਜਦਾ ਨਹੀਂ। ਜਦੋਂ ਕਿਸੇ ਦੇ ਖਿਲਾਫ਼ ਕੋਈ ਕ੍ਰਿਮੀਨਲ ਕੇਸ ਰਜਿਸਟਰ ਹੋ ਜਾਂਦਾ ਹੈ, ਉਹ ਐਂਟੀਸਪੇਟਰੀ ਬੇਲ ਅਪਲਾਈ ਕਰ ਸਕਦਾ ਹੈ, ਉਹਨੂੰ ਲੀਗਲ ਰਾਈਟ ਹੈ, ਉਹਨੂੰ ਇਹ ਵੀ ਰਾਈਟ ਹੈ ਕਿ ਉਹ ਹਾਈ ਕੋਰਟ 'ਚ ਜਾ ਕੇ ਰਿਟ ਫਾਈਲ ਕਰ ਸਕਦਾ ਹੈ, ਬਿਲਕੁਲ ਉਹਦੇ ਕੋਲ ਰਾਈਟ ਹੈ। ਉਹ ਹਾਈ ਕੋਰਟ ਜਾ ਕੇ ਡਾਇਰੈਕਟਲੀ ਵੀ ਬੇਲ ਸੀਕ ਕਰ ਸਕਦਾ ਹੈ, ਅੰਮ੍ਰਿਤਸਰ ਵੀ ਸੀਕ ਕਰ ਸਕਦਾ ਹੈ, ਕਿਤੇ ਦਿੱਲੀ ਜਾ ਕੇ ਵੀ ਸੀਕ ਕਰ ਸਕਦਾ ਹੈ। ਔਰ ਮੈਂ ਮੀਡੀਆ ਨੂੰ ਇੱਕ ਗੱਲ ਕਲੀਅਰਲੀ ਦੱਸ ਰਿਹਾ ਕਿ ਬਹੁਤ ਜਲਦੀ ਉਹਨਾਂ ਦੀ ਪਟੀਸ਼ਨ ਤੁਹਾਨੂੰ ਕੋਰਟ 'ਚ ਲੱਗੀ ਮਿਲ ਜਾਏਗੀ। ਸਰ ਹਾਲੇ ਮੈਂ ਡਿਸਕਲੋਜ਼ ਨਹੀਂ ਕਰ ਪਾਉਣਾ, ਥੋੜ੍ਹਾ ਜਿਹਾ ਮੈਂ ਦੱਸ ਰਿਹਾ। ਬਾਕੀ ਐਂਟੀਸਪੇਟਰੀ ਬੇਲ ਦੀ ਲੋੜ ਜੇ ਸਾਨੂੰ ਸਟੇਟ ਏਜੰਸੀਜ਼ ਇਨਸਾਫ਼ ਨਹੀਂ ਦੇਣਗੀਆਂ ਤਾਂ ਫਿਰ 101% ਜੋ ਸਾਡਾ ਲੀਗਲ ਰੀਕੋਰਸ ਹੈ ਅਸੀਂ ਅਡੋਪਟ ਕਰਾਂਗੇ। ਸਰ ਅਸੀਂ ਹਾਈ ਕੋਰਟ ਕੀ ਕਰੇਗਾ ਪ੍ਰਡਿਕਟ ਨਹੀਂ ਕਰ ਸਕਦੇ ਕਿ ਹਾਈ ਕੋਰਟ ਅੱਜ ਕੀ ਆਰਡਰ ਕਰੇਗਾ। ਇਟ ਵੁੱਡ ਬੀ ਅ ਪ੍ਰੀ ਮੈਚੋਰ ਕੁਐਸਚਨ ਟੂ ਬੀ ਆਨਸਰ।